ਤੁਸੀਂ ਤਾਂ 1 ਲੱਖ ਕਰਕੇ ਕੁੜੀਆਂ ਦੇ ਵਿਆਹ ਕਰ ਦਿੰਦਾ, ਇਹ ਫੁਕਰਾ ਪਾਣਾ, ਫਲਾਨਾ ਤਿਉਂਕਾ। ਯਾਰ ਸ਼ੌਂਕ ਆ, ਸ਼ੌਂਕ ਦਾ ਮੁੱਲ ਨਹੀਂ ਹੁੰਦਾ ਜੀ। ਕੀ ਆ ਭਾਈ ਹੁਣ, ਅੱਗੇ ਤਾਂ ਮੇਰੀ ਇਕੱਲੇ ਦੀ ਹੀ ਬਣਦੀ ਹੁੰਦੀ ਆ ਮੂਵੀ ਫੋਟੋ ਪੱਟ। ਪਿੰਡ ਘੋਲੀਏ ਦੇ ਵਿੱਚ ਮੌਜੂਦ ਟਰੈਕਟਰਾਂ ਹਿੰਦੁਸਤਾਨ ਬਹੁਤ ਹੀ ਸੋਹਣਾ ਤਿਆਰ ਕੀਤਾ, ਆਪਣਾ ਬਾਪੂ ਜੀ ਦੇ ਨਾਲ ਮੌਜੂਦ ਆ। ਇਹਦੇ ਬਾਰੇ ਆਪਾਂ ਸਾਰੀ ਜਾਣਕਾਰੀ ਦੇਣਗੇ। ਬਾਪੂ ਜੀ ਇਸ ਟਾਈਮ ਆਪ ਤਾਂ ਅਮੈਰੀਕਾ ਤੋਂ ਬਿਲੋਂਗ ਕਰਦੇ ਆ, ਉਹ ਇਸ ਟਾਈਮ ਇੱਥੇ ਆਪਣੇ ਇੰਡੀਆ ਦੇ ਵਿੱਚ ਆਏ ਹੋਏ ਆ, ਅਤੇ ਨਾਲ ਉਹਨਾਂ ਨੇ ਹਿੰਦੁਸਤਾਨ ਟਰੈਕਟਰ ਵੀ ਤਿਆਰ ਕੀਤਾ ਹੋਇਆ, ਅਤੇ ਨਾਲ ਉਹਨਾਂ ਨੇ ਫੋਰ ਟਰੈਕਟਰ ਵੀ ਤਿਆਰ ਕੀਤਾ। ਮੇਰਾ ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਾਪੂ ਜੀ ਆਪਣਾ ਨਾਮ ਕੀ ਆ ਭਾਈ? ਮੇਰਾ ਨਾਮ ਜੀ ਰਣਬੀਰ ਸਿੰਘ ਘੋਲੀਆ ਜੀ। ਘੋਲੀਆ ਇਹ ਗੱਲ ਆ ਆਪਾਂ? ਹਾਂਜੀ, ਰਣਬੀਰ ਸਿੰਘ ਘੋਲੀਆ ਜੀ, ਘੋਲੀਆ। ਅਤੇ ਬਾਪੂ ਜੀ ਪਹਿਲਾਂ ਤਾਂ ਦੱਸੋ ਮਾਡਲ ਕਿੰਨਾ ਲੀਟਰ ਦਾ ਬਾਪੂ ਜੀ? ਇਹ ਮਾਡਲ ਹੈਗਾ ਜੀ 17 ਦਾ ਅਖੀਰ ਹੈ, 4 ਨਵੰਬਰ ਦਸੰਬਰ 'ਚ ਆਇਆ ਵਾ 17 ਦੇ ਵਿੱਚ। ਅੱਛਾ ਜੀ। ਹਾਂਜੀ, ਅਤੇ ਇਹਦਾ ਜਿਹੜਾ ਅਖੀਰਲਾ ਮਾਡਲ ਆ ਹਿੰਦੁਸਤਾਨ ਦਾ ਇਹ। ਹਾਂਜੀ, ਇਸ ਤੋਂ ਬਾਅਦ 'ਚ ਇਹਨਾਂ ਨੇ ਇਹਨਾਂ ਦੇ ਇੰਜਣ ਸਵਰਾਜ ਦੇ ਜਾਂ ਮਹਿੰਦਰਾ ਦੇ ਬਦਲ ਦੇਣੇ ਆ ਹੁਣ। ਹਾਂਜੀ, ਅੱਛਾ। ਇਹ ਲਾਸਟ ਹੀ ਆਇਆ ਵਾ ਹਿੰਦੁਸਤਾਨ ਦਾ ਓਰਿਜਨਲ। ਓਰਿਜਨਲ ਟਰੈਕਟਰ ਹੈ। ਹਾਂ, ਪਿੱਛੋਂ ਜਿਹੜਾ ਹੈਗਾ ਉਹ ਅਰਜਨ ਦਾ, ਮਗਲਾ ਅਰਜਨ ਦਾ। ਹਾਂ, ਮਗਲ ਵੀ ਦਿਖਾ ਦੇ ਵੀ ਸਾਰਾ। ਗੇਅਰ ਬਾਕਸ ਜਿਹੜੇ ਆ ਇਹ ਅਰਜਨ ਵਾਲੇ ਆ, ਪਰ ਇਹ ਓਰਿਜਨਲ ਹੀ ਹੈਗਾ ਹਿੰਦੁਸਤਾਨ ਦਾ, ਇੰਜਣ ਵਾਲਾ ਹਿੰਦੁਸਤਾਨ ਦੇ। ਮਹਿਸੂਸ ਹੋਇਆ ਵੀ ਆਪਾਂ ਜ਼ਮੀਨ ਜਾਇਦਾਦ ਹੈਗੀ, ਖੇਤੀ ਤਾਂ ਚਲੋ ਕਰਦੇ ਨੀ। ਅੱਛਾ, ਪਰ ਫਿਰ ਮੈਂ ਕਿਹਾ ਵੀ ਭਾਵੇਂ ਨਹੀਂ ਖੇਤੀ ਕਰਦੇ ਤੇ ਜੱਟ ਦੇ ਘਰੇ ਟਰੈਕਟਰ ਦਾ ਹੋਣਾ ਤਾਂ ਟਰੈਕਟਰ ਜ਼ਰੂਰੀ ਆ। ਤੇ ਚਲੋ ਭਾਵੇਂ ਠੇਕੇ ਮਾਮਲੇ ਵਾਲਿਆਂ ਨੂੰ ਲੋੜ ਪਵੇ ਉਹ ਵਰਤ ਲੈਂਦੇ ਆ ਆਪ ਕੰਮ ਧੰਦੇ, ਉਦੋਂ ਦਾ ਸ਼ੌਂਕ ਜਿਹਾ ਫਿਰ ਹੋਇਆ ਕਿ ਟਰੈਕਟਰ ਹੋਣਾ ਜ਼ਰੂਰੀ ਹੈ। ਤੋ ਉਦੋਂ ਫਿਰ ਫੋਰਡ ਤਿਆਰ ਕਰਾਇਆ ਸੀ ਆਹ। ਅੱਛਾ ਜੀ, ਫੋਰਡ ਇਹ ਤਿਆਰ ਕੀਤਾ ਸੀਗਾ ਪਹਿਲਾਂ। ਅੱਛਾ ਜੀ, ਤੇ ਇਹ ਵੀ ਬੜੇ ਸ਼ੌਂਕ ਦੇ ਨਾਲ ਸਾਰਾ ਪੂਰਾ ਸਟੇਨਲੈਸ ਸਟੀਲ ਦੇ ਬੰਪਰ ਵਗੈਰਾ ਸਾਰਾ ਦਿਖਾ ਰਹੇ, ਸਾਰਾ ਸਟੀਲ ਦਾ ਵਰਤਿਆ ਹੋਇਆ। ਹਾਂ, ਇਹ 4 ਗੇਜ ਦੀ ਸਟੀਲ ਹੈ ਸਾਰੀ, ਓਰਿਜਨਲ ਲਾਈਫ ਟਾਈਮ ਵਾਰੰਟੀ ਗਰੰਟੀ ਆ ਦੋਵਾਂ ਦੇ ਜਿਹੜੀ ਲੱਗੀ ਸਟੀਲ। ਤੇ ਇਹ ਕਿੰਨਾ ਮਾਡਲ ਆ ਭਾਈ? ਇਹ 86 ਮਾਡਲ ਆ, 1986 ਮਾਡਲ ਆ। ਤਾਂ ਇਹ ਸਾਰਾ ਬ੍ਰਾਂਡ ਨਿਊ ਆ ਵਿੱਚੋਂ, ਟੋਟਲੀ ਇੰਜਨ ਇਹਦਾ 37 ਸਾਲ ਹੋ ਗਏ ਬਾਪੂ ਜੀ। ਹਾਂ, ਬ੍ਰਾਂਡ ਨਿਊ ਇਹਦਾ ਕਰਵਾਇਆ ਸਾਰਾ ਕੰਮ ਇਹਦਾ। ਤੇ ਫਿਰ ਇਹ ਸਾਡੇ LA ਤੋਂ ਆਪਣੇ ਬੱਚੇ ਸੀ, ਦੋਸਤੀ ਆ, ਖੜੇ ਪੈ ਗਏ, ਕਹਿੰਦੇ ਵੀ ਅਸੀਂ ਲਿਜਾਣਾ। ਅੱਛਾ ਜੀ। ਇਹ ਹੁਣ ਆਪਣੇ ਕੋਲੇ ਅਮਾਨਤੀ ਆ, ਦੁਬਾਰਾ ਆ ਕੇ ਖੜਾ। ਅੱਛਾ ਜੀ। ਉਹ ਕਹਿੰਦੇ ਵੀ ਸਾਨੂੰ ਥੋੜਾ ਮੰਗਣ ਵਾਲੇ ਬੜਾ ਤੰਗ ਕਰਦੇ ਆ ਲਿਜਾਣ ਲਜੂਣ ਵਾਲੇ। ਅੱਛਾ ਜੀ, ਅੱਛਾ। ਤੇ ਪ੍ਰਾਹੁਣਾ ਹੀ ਆਇਆ ਵਾ ਹੁਣ ਤਾਂ ਆਪਣੇ ਕੋਲੇ, ਪਹਿਲਾਂ ਇਹ ਤਿਆਰ ਕੀਤਾ, ਉਹ ਲੈ ਗਏ ਸੀ, ਇਹ ਥੋੜਾ ਹਲਕਾ ਸੀ ਮੇਰੇ ਹਿਸਾਬ ਨਾਲ। ਅੱਛਾ ਜੀ। ਫਿਰ ਆਪਾਂ ਇਹ ਤਿਆਰ ਕੀਤਾ, ਇਹਦੇ ਫਿਰ ਆਹ ਜਿੰਨੇ ਵੀ ਆਹ ਲਾਈਟਾਂ ਹੈਗੀਆਂ ਪੀਟਰ ਬੈਲ ਟਰੱਕ ਵਾਲੀਆਂ, ਇਹ ਉੱਥੋਂ ਅਮਰੀਕਾ ਤੋਂ ਲਿਆਂਦੀਆਂ। ਇਹ ਜਿਹੜਾ ਲੋਗੋ ਲੱਗਾ ਇਹ ਵੀ ਪੀਟਰ ਬੈਲਟ ਦਾ ਹੀ ਆ, ਪੀਟਰ ਬੈਲਟ ਦਾ। ਆਹ ਜਿਹੜੇ ਸ਼ੀਸ਼ੇ ਹੈਗੇ ਸਾਰੇ ਇਹ ਵੀ ਪੀਟਰ ਬੈਲਟ ਦੇ, ਅਮਰੀਕਾ ਤੋਂ ਹੀ ਆਏ ਹੋਏ ਆ। ਤੇ ਜਿਹੜੇ ਆਹ ਬਣੇ ਆ ਮਿਡਗਾਰਡ, ਹਾਂਜੀ, ਆਹ ਸਾਰੇ ਇਹ ਵੀ ਪਿਓਰ ਸਟੇਨਲੈਸ ਸਟੀਲ ਹੈ, ਲਾਈਫ ਟਾਈਮ ਵਾਰੰਟੀ ਗਰੰਟੀ ਆ, 4 ਗੇਜ ਦੀ ਸਟੀਲ ਆ ਵੀ ਸਾਰੀ ਜਿਹੜੀ ਲਾਈ ਆਪਣੀ, ਜੀਵਨ ਸਾਰਾ ਸਟੇਨਲੈਸ ਸਟੀਲ। ਜਿਵੇਂ ਤੁਸੀਂ ਕਹਿੰਦੇ ਆ ਸਾਰਾ ਆਪਣਾ ਸਮਾਨ ਅਮਰੀਕਾ ਤੋਂ ਆਇਆ ਨਾ, ਬੈਲਟ ਪੀਟਰ ਬੈਲਟ ਟਰੱਕ ਦਾ ਸਮਾਨ ਆ, ਟਰੱਕ ਪੂਰਾ ਮਸ਼ਹੂਰ ਆ ਪੀਟਰ ਬੈਲਟ ਉੱਧਰ। ਇਹਨੂੰ ਆਉਣ ਦੇ ਵਿੱਚ ਕੋਈ ਪ੍ਰੋਬਲਮ ਪ੍ਰੋਬਲਮ, ਕੋਈ GST ਵਗੈਰਾ ਤਾਂ ਲਈ ਉਹਨਾਂ ਨੇ ਕੋਈ? ਨਹੀਂ, ਉਹ ਨਹੀਂ ਕੁਛ ਵੀ ਲੱਗਾ, ਉੱਦਾਂ ਇਹ ਸੀਗਾ ਵੀ ਐਕਸਟਰਾ ਟੈਚੀ ਜ਼ਰੂਰ ਲਿਆਉਣੇ ਪੈਂਦੇ ਸੀ। ਹਾਂਜੀ, ਜਦੋਂ ਸਮਾਨ ਪਾਉਣਾ ਇੱਕ ਟੈਚੀ 'ਚ, ਹੁਣ 2 ਲਾਈਟਾਂ ਹੀ ਲਪੇਟ ਕੇ ਪੈਂਦੀਆਂ। ਹਾਂਜੀ, 2 ਹੀ ਪੈਣੀਆਂ ਸੀ, ਬੀਟ ਹੋ ਜਾਣੀ। ਸ਼ੀਸ਼ੇ ਸੀਗੇ ਉਹ ਸੀਗੇ, ਹੋਰ ਨਿੱਕਾ ਮੋਟਾ, ਫਿਰ ਉਹ ਟੈਚੀਆਂ ਦਾ ਜ਼ਰੂਰ 200 ਐਕਸਟਰਾ ਖਰਚਾ ਡਾਲਰ ਆਉਂਦਾ ਟੈਚੀ ਦਾ। ਪਗਾ ਲੈਣੀ ਚਾਹੀਦੀ ਹੱਥ ਜਾਂ ਪੈਂਦਾ ਹੋਵੇ ਨਾ, ਸਿਆਣੇ ਕਹਿੰਦੇ ਹੱਥ ਜਾਂ ਪੈਂਦਾ ਹੋਵੇ ਉਦੋਂ
ਚੀਜ਼ ਉਹ ਪਕਾ ਲੈਣੀ ਚਾਹੀਦੀ ਆ, ਉਦੋਂ ਪਕਾ ਲੈਣ ਪੂਰਾ ਸ਼ੌਂਕ ਕਰ ਲੈਣਾ ਚਾਹੀਦਾ ਹੈ ਨਾ। ਹਾਂਜੀ ਹਾਂਜੀ, ਫਿਰ ਇਹਦੇ ਸਾਰੇ ਜਿੰਨੇ ਨਟ ਹੈਗੇ ਆ ਤਕਰੀਬਨ ਸਟੇਨਲੈਸ ਸਟੀਲ ਦੇ ਹੀ ਪਾਏ ਆ, ਇਹ ਦੋਵਾਂ ਮਫਲਰ ਦੇ ਵਿੱਚੋਂ ਧੂੰਆਂ ਨਿਕਲਦਾ। ਅੱਛਾ, ਜਾਣੀ ਕਿ ਕੱਢਦਾ ਧੂੰਆਂ ਦੋਵਾਂ ਚੋਂ ਬਰਾਬਰ, ਦੋਨਾਂ ਚ ਬੂਹਾ ਬਰਾਬਰ ਕੱਢੂਗਾ। ਈਵਨ ਆਹ ਜਿਹੜੀ ਕਾਲੀ ਜਿਹੀ ਟੈਂਕੀ ਲਾਈ ਆ ਇੱਥੇ, ਇਹਦੇ ਵਿੱਚ ਕੈਮੀਕਲ ਪਾ ਦੇਈਦਾ। ਅੱਛਾ ਜੀ, ਤੇ ਆਹ ਇੱਥੇ ਬਟਨ ਲੱਗਾ, ਜਦੋਂ ਮਾੜਾ ਗਰਮ ਹੋ ਜਾਂਦੇ ਆ ਸਲੰਸਰ, ਹਾਂਜੀ, ਤੇ ਇਹ ਬਟਨ ਨੱਪੀਦਾ ਤੇ ਟੈਂਕੀ ਚੋਂ ਕੈਮੀਕਲ ਭੱਠੀ ਚ ਡਿੱਗਦਾ। ਅੱਛਾ ਜੀ, ਫਿਰ ਇਹ ਚਿੱਟਾ ਧੂੰਆਂ ਕੱਢਦਾ। ਅੱਛਾ, ਜਿੱਦਾਂ ਉਹ ਫਿਲਮਾਂ ਜਿਹੇ ਦਿਖਾਉਂਦੇ ਹੁੰਦੇ ਆ। ਹਾਂ, ਫਿਰ ਉਹ ਚਿੱਟਾ ਧੂੰਆਂ ਪੂਰਾ ਕੱਢਦਾ ਫਿਰ। ਹਾਂ, ਲੱਛੇ ਬਣਾ ਬਣਾ ਕੇ ਗੋਲ, ਫਿਰ ਗਰਮ ਹੋਇਆ ਹੋਵੇ ਜਦੋਂ। ਤੇ ਆਪਾਂ ਫੋਟੋ, ਇਹ ਫੋਟੋ ਤਾਂ ਵੈਸੇ ਹੀ ਲਾਈਆਂ ਹੈਗੀਆਂ। ਅੱਛਾ, ਉੱਦਾਂ ਲਾਈਆਂ ਹੋਈਆਂ। ਹਾਂ, ਉੱਦਾਂ ਹੀ ਲਾਈਆਂ ਹੈਗੀਆਂ। ਇਹ ਖੈਰ ਇੱਧਰ ਦੇ ਪਾਏ, ਸਾਡੇ ਪੋਤਰੇ ਦੀ ਹੈ ਫੋਟੋ, ਉੱਥੇ ਬੈਠਾ ਅਮਰੀਕਾ। ਦਿਖਾ ਵੀ, ਕੁਝੇ ਚੋਂ ਦਹੀਂ ਖਾਈ ਜਾਂਦਾ ਸੀ ਬੈਠਾ ਕਾਊਂਟਰ। ਅੱਛਾ, ਉਹਦੇ ਫੋਟੋ ਖਿੱਚ ਲਈ। ਮੈਂ ਫੋਟੋ ਲਾਈ ਸੀ, ਮੈਂ ਕਿਹਾ ਫਿਰ ਆਹ ਹੀ ਲਾ ਲਾ ਲਾਉ ਉਸੇ ਉਰੇ, ਤਾਰੇ ਪੁੱਤ ਦਹੀਂ ਬਾਹਰ ਵੀ ਆਹੀ ਖਾਂਦੇ ਆ, ਚੱਲਦਾ ਕੰਮ। ਹਾਂ ਹਾਂ ਹਾਂ, ਇਹ ਫਿਰ ਪਲੇਟਫਾਰਮ ਤਿਆਰ ਕੀਤਾ, ਇਹ ਜਿੰਨਾ ਸਾਰਾ ਪੂਰਾ ਵੱਡਾ ਪੂਰਾ ਤਿਆਰ ਕੀਤਾ ਹੈ, ਪਲੇਟਫਾਰਮ ਖੁੱਲਾ ਡੁੱਲਾ ਹੈਗਾ, ਜਿੰਨਾ ਕੰਮ ਹੈ ਸਾਰਾ ਸਟੇਨਲੈਸ ਸਟੀਲ ਦਾ ਪਿਆ ਹੋ ਰਹੇ। ਤੇ ਆਹ ਵੀ ਜਿਹੜੇ ਆਪਣੇ ਸਪਿਨਰ ਹੈ, ਹਾਂਜੀ, ਇਹ ਵੀ ਘੁੰਮਦੇ, ਇਹ ਵੀ ਸਾਰੇ ਵਧੀਆ, ਇਸ ਲਾਈਫ ਟਾਈਮ ਕੋਈ ਇਹਨਾਂ ਨੂੰ ਰਸਟ ਡਸਟ ਕੁਛ ਨਹੀਂ ਲੱਗਣਾ ਇਹਨਾਂ ਨੂੰ ਪਿਓਰ। ਇਹ ਮੁੰਡਾ ਆਪਣਾ ਝੰਡੇ ਆਣਾ ਪਿੰਡ ਆ ਆਪਣੇ ਚੜਕ ਦੇ ਨਾਲ, ਹਾਂਜੀ ਹਾਂਜੀ, ਉਹ ਵੀ ਬਾਹਰ ਰਹਿ ਕੇ ਆਇਆ, ਉਹ ਮਾਰ ਸੀਗਾ ਇਹਦਾ ਸਾਰੇ ਆਪਣੇ ਸਟੀਲ ਦੇ ਕੰਮ ਦਾ। ਅੱਛਾ ਜੀ, ਬਸ ਫਿਰ ਉਹ ਆਂਦਾ ਸੀ ਹੁਣ ਮੈਂ ਹੀ ਕਰੂੰਗਾ ਬਾਈ, ਉਹਨੇ ਹੀ ਕੀਤਾ ਇਹ ਸਾਰਾ ਤਿਆਰੀ ਕਰੀ। ਹਾਂ ਹਾਂ, ਜੋ ਜੋ ਜਿਵੇਂ ਜਿਵੇਂ ਉਹਦਾ ਵੀ ਸ਼ੌਂਕ ਸੀ, ਮੇਰਾ ਵੀ ਸੀ, ਸਮਝੌਤਾ ਆਪਾਂ ਕੀਤਾ ਨਹੀਂ ਕਿਸੇ ਪੈਸੇ ਵੱਲੋਂ ਜਾਂ। ਹਾਂਜੀ, ਉਹ ਫਿਰ ਹੀ ਸੋਹਣਾ ਲੱਗਦੀ ਹੈ ਚੀਜ਼, ਕੱਚ ਰਹਿ ਜੂ ਫੋਨ ਜੱਚਦਾ ਨਹੀਂ ਗੱਲ। ਹਾਂ, ਫਿਰ ਉਹਨੇ ਵੀ ਸ਼ੌਂਕ ਨਾਲ ਹੀ ਤਿਆਰ ਕੀਤਾ ਮੁੰਡਾ ਮਾਣਾ। ਹਾਂਜੀ ਹਾਂਜੀ, ਵੈਸੇ ਉਹਨਾਂ ਦੀ ਸ਼ਾਪ ਵੀ ਹੈਗੀ ਆ ਚੜਕ। ਅੱਛਾ ਜੀ, ਤੇ ਉਹ ਘਰੇ ਹੀ ਕੀਤਾ ਸੀ ਸਟੀਲ ਦਾ ਕੰਮ ਸਾਰਾ, ਕਿਉਂ ਇੰਜਣ ਤੇ ਨਵਾਂ ਸੀਗਾ ਸਾਰਾ ਕੁਝ, ਕੋਈ ਲੋੜ ਨਹੀਂ। ਤੇ ਫਿਰ ਆਹ ਸੀਟ ਵਗੈਰਾ ਵੀ ਉੱਥੋਂ ਲਿਆਂਦੀ ਤਲਵੰਡੀ ਤੋਂ, ਸਾਰੀ ਦਿਖਾ ਰਹੇ ਉੱਪਰ ਪਾਸੇ। ਹਾਂ, ਤਲਵੰਡੀ ਤੋਂ ਲਿਆਂਦੀ ਆ, ਸਟੀਅਰਿੰਗ ਵੀ ਦੂਜੀ ਸਪੋਰਟਸ ਕਾਰ ਦਾ। ਲਾਈਟਾਂ ਲੂਟਾਂ ਵਗੈਰਾ ਬਾਪੂ ਜੀ ਸਾਰੀਆਂ ਛੱਤਰੀਆਂ ਸਾਰੀਆਂ ਬਸ ਇੱਥੋਂ ਹੀ ਦੇ ਭਲ ਭਲ ਕੇ ਲਿਆ, ਲੱਭ ਲੱਭ ਕੇ ਲਿਆਉਂਦੀਆਂ। ਹਾਂ, ਜਿਵੇਂ ਆਹ ਸਟੀਰੀਓ ਹੈਗਾ ਇੱਧਰ ਆਪਣੇ ਸਾਡੇ ਬਾਗੇ ਪੁਰਾਣੇ ਏਰੀਏ 'ਚ ਨਹੀਂ ਹੈਗੇ, ਇਹ ਲੁਧਿਆਣੇ ਉੱਧਰਲੀ ਸਾਈਡ ਤੋਂ ਲਿਆਉਂਦਾ, ਲੁਧਿਆਣੇ ਲਿਆਉਂਦਾ ਸਟੀਰੀਓ, ਉੱਧਰੋਂ ਲੱਭ ਕੇ ਲਿਆਉਂਦਾ ਸੀਗਾ ਇਹ। ਅਤੇ ਆ ਵੀ ਸ਼ੌਂਕ ਹੀ ਆ, ਬੱਚੇ ਇਸ ਬਹਾਨੇ ਨਾਲ ਆਉਣਗੇ ਇੱਥੇ। ਹਾਂਜੀ, ਉਹ ਬੱਚੇ ਗੇੜੇ ਕੱਢ ਲੈਂਦੇ। ਹਾਂ, ਬੱਚੇ ਗੇੜਾ ਗੂੜਾ ਕੱਢਣਗੇ। ਆਪਣੇ ਵੀ ਹੈਗਾ ਇੱਕ ਪਿੰਡ ਦੇ ਆਪਣੇ ਵਿੱਚ ਮੁੰਡਾ ਜੀ, ਉਹ ਹਾਲੈਂਡ ਦੇ ਵਿੱਚ ਗਏ ਹੋਏ ਨੇ, ਉਹਦਾ ਬੱਚਾ ਜਾਨਪਾਲ ਵੀ ਉੱਧਰਲਾ ਹੀ ਆ, ਉਹਦੇ ਬਾਅਦ ਉਹਦੇ ਕੋਲ ਵੀ ਟਰੈਕਟਰ ਹੈਗਾ, ਉਹਨਾਂ ਘਰੇ ਟਰੈਕਟਰ ਸਪੈਸ਼ਲ ਰੱਖਿਆ ਹੋਇਆ ਬੱਚਿਆਂ ਵਾਸਤੇ, ਜੋ ਆਉਂਦੇ ਦਸ ਆਉਣਾ ਉਹਨੇ 10 ਤੋਂ 12 ਦੇਣੀ ਆ, ਚਾਹੁੰਦੇ ਹਾਂ ਪਿੰਡ ਉੱਥੋਂ ਹੀ ਟਰੈਕਟਰ ਟਰੂਟਰ ਤਲਾ ਕੇ ਗੇੜਾ ਗੂੜਾ ਪੂਰਾ ਕੱਢ ਦਿਆ ਜਵਾਕ, ਮੁੰਡਾ ਤੇ ਕੁੜੀ ਆ ਉਹਨਾਂ ਦੇ, ਆਪਣੇ ਸਾਹਮਣੇ ਘਰ ਆ, ਆਪਣੇ ਤਾਂ ਬੱਚੇ ਆਉਂਦੇ ਰਹਿੰਦੇ ਆ, ਪੰਜਾਬੀ ਹੈਗੇ ਆ, ਤਾਂ 6-6 ਮਹੀਨੇ ਇੱਥੇ ਰਹਿ ਵੀ ਜਾਂਦੇ ਆ, ਵੱਡਾ ਕਾਕਾ ਵੀ ਛੋਟਾ ਵੀ ਆਪਣੇ ਤਾਂ ਆਉਂਦੇ ਜਾਂਦੇ ਆ ਬੱਚੇ। ਤੇ ਇਹਦੇ ਨਾਲ ਜੇ ਬੱਚਿਆਂ ਨੂੰ ਆਪਾਂ ਮਾਹੌਲ ਬਣਾ ਕੇ ਦੇਵਾਂਗੇ ਪਿੱਛੇ, ਹਾਂਜੀ, ਤਾਂ ਹੀ ਬੱਚਿਆਂ ਦਾ ਮਨ ਕਰੂਗਾ, ਫੇਰ ਹੀ ਆਉਣਗੇ ਵਾਪਸ ਆਉਣ ਨੂੰ। ਤੇ ਇਹ ਹੋਣਾ ਭਾਈ, ਤੁਸੀਂ ਤਾਂ ਥੋਂਦਾ ਉੱਧਰ ਦੇਖ ਲਿਆ ਟਰੈਕਟਰ ਚਲਾਉਂਦੇ ਨੂੰ, ਤੁਸੀਂ ਤਾਂ ਉੱਧਰ ਲੁਧਿਆਣੇ ਹੋ, ਤੁਸੀਂ ਆਉਂਦੇ ਜੋ ਤੁਹਾਨੂੰ ਰੋਕ ਕੇ ਆਪਾਂ ਕਿਹਾ ਸੀ ਵੀਡੀਓ ਬਣਾਉਣੀ ਆ, ਤੇ ਤੁਸੀਂ ਕਿਹਾ ਜੋ ਪਿੰਡ ਆ ਜਿਓ, ਤੇ ਵੀ ਸਵਾਦ ਕਿੰਨਾ ਕਰਦਾ ਤੁਹਾਨੂੰ ਚਲਾਉਣ ਦੇ ਵਿੱਚ? ਮੈਂ ਤਾਂ ਬੜਾ ਆਨੰਦ ਹੁੰਦਾ ਬੜਾ। ਹੁਣ ਕਈ ਵਾਰੀ ਕਮੈਂਟ ਆਉਂਦੇ ਆ ਜੀ, ਹੁਣ ਆਪੋ ਆਪਣੀ ਸੋਚ ਹੈ, ਆਪੋ ਆਪਣਾ ਸ਼ੌਂਕ ਹੈ, ਪਿੱਛੇ ਜੇ ਵੀ ਫਿਲਮ ਬਣਾਈ ਉਹਦੇ ਕਮੈਂਟ ਆਉਂਦੇ, ਇਹਦੂ ਤਾਂ ਕੁੜੀਆਂ ਦੇ ਵਿਆਹ ਕਰ ਦਿੰਦੇ ਜੀ ਇੱਥੋਂ, ਜਿੰਨੀ ਕੁ ਸੋਚ ਹੁੰਦੀ ਆ ਉਨੀ ਕੁ ਅਗਲਾ ਗੱਲ ਗੱਲ ਕਰ ਦਿੰਦਾ, ਠੀਕ ਹੈ ਨਾ। ਆਪਾਂ ਕਿਹੜਾ ਇਹ ਕੋਈ ਲੋਕ ਵਿਖਾਵੇ ਨੂੰ ਲਿਆ, ਆਪਣੇ ਸ਼ੌਂਕ ਨੂੰ ਤਿਆਰ ਕੀਤਾ, ਸ਼ੌਂਕ ਨੂੰ ਤਿਆਰ ਕਰਦੇ। ਹੁਣ ਨਗਰ 'ਚ ਜਾਂਦੇ ਹਾਂ, ਨਗਰ ਬੜਾ ਖੁਸ਼ ਹੁੰਦਾ ਹੈਗਾ ਜਦੋਂ ਮੋਗੇ ਨੂੰ ਜਾਂਦੇ ਹਾਂ, ਤੇ ਰਾਹ 'ਚ ਲੋਕ ਜਿਵੇਂ ਹੁਣ ਤੁਸੀਂ ਉੱਧਰ ਰੋਕਿਆ ਸੀਗਾ, ਹਰੇਕ ਦਾ ਮਨ ਖੁਸ਼ ਹੁੰਦਾ ਵੇਖ ਕੇ, ਬਈ ਯਾਰ ਬੜੀ ਸੋਹਣੀ ਚੀਜ਼ ਤਿਆਰ ਕੀਤੀ ਬਾਈ ਬਾਪੂ ਜੀ, ਹੈ ਨਾ।
ਮੈਂ ਤੁਹਾਨੂੰ ਦੱਸਿਆ ਤੁਹਾਨੂੰ ਮੈਂ ਉਹਦਾ ਜਗਰਾਵਾਂ ਪੌੜ ਚੜ੍ਹ ਚੱਲਿਆ ਸੀ ਤੁਹਾਨੂੰ ਮੈਂ ਤੁਹਾਨੂੰ ਪਿੱਛੇ ਮੁੜ ਕੇ ਆ ਕੇ 2 ਕਿਲੋਮੀਟਰ ਤੋਂ ਪਿੱਛੇ ਆ ਕੇ ਤੁਹਾਨੂੰ ਰੋਕਿਆ ਵਾ ਹਾਂਜੀ ਮੁੜ ਕੇ ਆ ਕੇ ਟਰੈਕਟਰ ਦੇਖੇ ਵਾ ਇੱਥੇ ਨਵਾਂ ਵਿਆਹ ਜੋੜਾ ਜਾਂਦਾ ਸੀਗਾ ਇੱਕ ਦਿਨ ਤੇ ਜਾਂਦੇ ਸੀ ਕਹਿੰਦੇ ਰੋਕੋ ਜੀ ਬਾਪੂ ਰੋਕ ਲਾ ਰੋਕ ਲਿਆ ਮੁੜ ਕੇ ਤੇ ਉਹਨਾਂ ਨੇ ਫੋਟੋ ਫੋਟੋ ਕਰਾਈਆਂ ਫਿਰ ਉਹ ਲੜਕੀਆਂ ਦੀ ਬਾਪੂ ਜੀ ਥੱਲੇ ਆਓ ਅਸੀਂ ਤਾਂ ਉੱਤੇ ਬਹਿ ਕੇ ਕਰਾਉਂਦੇ ਫੋਟੋ ਕਰ ਲਈਆਂ ਹਾਂ ਚਲੋ ਅਗਲੇ ਦਾ ਵੀ ਮਨ ਖੁਸ਼ ਆਪਦਾ ਵੀ ਮਨ ਖੁਸ਼ ਹੁੰਦਾ ਤੇ ਆਪਣਾ ਤਾਂ ਇਹ ਸ਼ੌਂਕ ਦੇ ਨਾਲ ਤਿਆਰ ਕੀਤਾ ਹੈਗਾ ਕੋਈ ਇਹ ਲੋਕ ਬਾਪੂ ਜੀ ਖੁਸ਼ੀ ਵੰਡਣ ਨਾਲ ਖੁਸ਼ਗੀ ਆਉਂਦੀ ਆ ਬਿਲਕੁਲ ਬਿਲਕੁਲ ਖੁਸ਼ੀ ਵੰਡਣ ਨਾਲ ਖੁਸ਼ਗੀ ਆਉਣੀ ਆ ਜੇ ਤੁਸੀਂ ਕਹਿੰਦੇ ਹੋ ਫੋਟੋ ਖਿੱਚ ਲਈ ਤੁਹਾਡਾ ਕੁਛ ਗਿਆ ਨਹੀਂ ਹੈਗਾ ਅਗਲਾ ਦਾ ਮਨ ਖੁਸ਼ ਹੋ ਗਿਆ ਤੇ ਤੁਹਾਡੇ ਪੈਸੇ ਲੱਗੇ ਰਾਸ ਆ ਗਏ ਮੈਨੂੰ ਖੁਸ਼ੀ ਮਿਲਦੀ ਹੈ ਜਦੋਂ ਸ਼ਹਿਰ ਵੀ ਜਾਈਦਾ ਤੇ ਸਾਰੇ ਜਦੋਂ ਸੜਕ ਤੇ ਵੀ ਜਾਈਦਾ ਹੱਥ ਚੱਕ ਚੱਕ ਕੇ ਕੋਈ ਗੂਠਾ ਚੱਕਦਾ ਹੱਥ ਚੱਕਦਾ ਹੱਸ ਕੇ ਜਾਂਦੇ ਆ ਫੇਰ ਕਹਿ ਦਈਦਾ ਬਈ ਸਵਾਦ ਆ ਗਿਆ ਇੰਨੇ ਦੀ ਕਰੋੜ ਵਾਲੀ ਗੱਡੀ ਦਾ ਸਵਾਦ ਨਹੀਂ ਸੀ ਤੇ ਜਿੰਨਾ ਗੱਡੀ ਦਾ ਟਪਕਾ ਕੇ ਲੰਘ ਗਿਆ ਤਾਂ ਥੋੜਾ ਕੋਲ ਸਕਾਰਪੀਓ ਖੜੀ ਆ ਨਵੇਂ ਮਾਡਲ ਵਾਲੀ ਆ ਤੁਸੀਂ ਟਪਕਾ ਕੇ ਲੰਘ ਗਿਆ ਗੱਡੀ ਚ ਦੱਸ ਗਿਆ ਠੀਕ ਆ ਸ਼ੀਸ਼ੇ ਵਿੱਚ ਨਹੀਂ ਤਾਂ ਦਿਸਣਾ ਨਹੀਂ ਹੈ ਟਰੈਕਟਰ ਓਪਨ ਆ ਜੀ ਇਹ ਹਾਂਜੀ ਠੀਕ ਹੈ ਇਹਦਾ 2 ਖੜੀ ਦੂਰੋਂ ਦੇਖਣ ਲੱਗ ਜਾਂਦਾ ਤੇ ਆਹ ਮੋੜ ਮੁੜਦੇ ਤੱਕ ਬੰਦਾ ਦੇਖਦਾ ਵਾ ਅਗਲਾ ਕਹਿੰਦਾ ਹਾਂ ਚੀਜ਼ ਜਾਂਦੀ ਆ ਵੀ ਦੇਖੋ ਨਾ 2 ਘੜੀ ਇਹਨੂੰ ਜੇ ਹੁਣ ਆਮ ਬੰਦੇ ਨੂੰ 1 ਘੰਟਾ ਲੱਗਦਾ ਸਾਡੇ ਬਾਘੇ ਪੁਰਾਣੇ ਤਾਂ ਮੈਨੂੰ 2 ਲੱਗਦੇ ਤੇ ਬੜੇ ਮਨ ਨੂੰ ਖੁਸ਼ੀ ਮਿਲਦੀ ਆ ਜਾਈਦਾ ਵਰਤ ਵੀ ਲਈਦਾ ਵਰਤਣ ਨੂੰ ਵੀ ਇੱਥੇ ਜੇ ਕੋਈ ਸੁਹਾਗਾ ਸੁਗਾ ਮਾਰਨਾ ਕੋਈ ਟਰਾਲੀ ਖਿੱਚ ਕੇ ਲਿਆਉਣੀ ਆ ਆਪਣੇ ਕੋਲ ਐਕਸਾਵੇਟਰ ਆ ਹਾਂਜੀ ਹਾਂਜੀ ਤੇ ਇਹ ਮੇਰੀ ਪੋਤਰੀ ਆ ਛੋਟੀ ਦਿਖਾ ਵੀ ਪੁੱਤਰਾ ਪੋਤਰੀ ਆ ਮੇਰੀ ਛੋਟੀ ਉਹ ਪਰੇ ਉਹ ਪੋਤਰੇ ਦੀ ਫੋਟੋ ਆ ਆ ਉਦਾਂ ਆਹ ਇਹ ਹਾਂਜੀ ਇਹ ਵੀ ਪੋਤਰੀਆਂ ਦਿਖਾ ਵੀ ਹਾਂਜੀ ਆ ਦਿਖਾ ਦੋਵੇਂ ਉੱਥੇ ਅਮਰੀਕਾ ਦੇ ਵਿੱਚ ਹੀ ਆ ਸਨ ਫਰਾਂਸਿਸਕੋ ਅੱਛਾ ਜੀ ਆ ਵੀ ਫਿਰ ਜਿਹੜੀ ਲਾਇਸੈਂਸ ਪਲੇਟ ਆ ਇਹ ਵੀ ਉੱਥੋਂ ਹੀ ਭੇਜੀ ਆ ਛੋਟੇ ਬੇਟੇ ਨੇ ਅੱਛਾ ਜੀ ਉਹਦੇ ਉੱਥੇ ਕੈਡੀਲੈਕ ਦੇ ਐਸਯੂਵੀ ਦੇ ਲਾਈ ਸੀ ਅੱਛਾ ਜੀ ਅੱਛਾ ਉਹ ਫਿਰ ਉਹਨੇ ਉੱਥੋਂ 1 ਲੱਖ ਇੱਥੇ ਦੇਤੀ ਇਹ 2 ਪੋਤਰੀਆਂ ਪੋਤਰਾ ਆਪਣਾ ਉਹ ਵਗ ਲੱਗਾ ਸਾਹ ਦਿਖਾ ਦੇ ਹਿੰਦੁਸਤਾਨ ਬ੍ਰਦਰ ਐਂਡ ਸਿਸਟਰ ਟੂਗੈਦਰ ਇਜ਼ ਫਰੈਂਡਸ ਰੈਡੀ ਟੂ ਫੇਸ ਵਾਟ ਐਵਰ ਲਾਈਫ ਸੈਂਸ ਜੋ ਲਾਈਫ ਦੇ ਵਿੱਚ ਹੈਗਾ ਸੋ ਕੈਨ ਦਫਾਰੋ ਬਾਪੀ ਕਿੰਨੇ ਕੁ ਰੁਪਏ ਲੱਗੇ ਜੀ ਇੱਥੇ ਇਹਦੇ ਤੇ ਆਪਣਾ ਆਲਮੋਸਟ 16 ਲੱਖ ਰੁਪਈਆ ਖਰਚਾ ਆ ਗਿਆ ਜੀ 16 ਲੱਖ ਰੁਪਈਆ ਆਪਣਾ ਪਰ ਬਾਪੂ ਜੀ ਗੱਲ ਆ 16 ਲੱਖ ਰੁਪਇਆ ਲਾ ਕੇ ਤੁਹਾਨੂੰ ਲੋਕ ਦੇਖਦੇ ਆ ਨਾ ਤੁਹਾਡੀ ਨੀਂਦ ਵੀ ਥੋੜੀ ਪੂਰੀ ਆਉਂਦੀ ਆ ਤੇ ਤੁਹਾਨੂੰ ਮਨ ਵੀ ਥੋੜਾ ਖੁਸ਼ ਪੂਰਾ ਹੁੰਦਾ ਵੀ ਲੱਗਾ ਹਾਂ ਵੀ ਦੁਖਦਾ ਨਹੀਂਗਾ ਕੋਈ ਘਾਟ ਨਹੀਂ ਕੋਈ ਹੋਰ ਨਹੀਂ ਹੈਗਾ ਹੈਗਾ ਹਨਾ ਦੋਸਤ ਮਿੱਤਰ ਮਿਲਦੇ ਆ ਆ ਵਿਆਹਾਂ ਤੇ ਤੇ ਸਾਡੇ ਉੱਥੋਂ ਅਮਰੀਕਾ ਤੋਂ ਹੀ ਆਏ ਆ ਰਿਸ਼ਤੇਦਾਰ ਦੋਸਤ ਤੇ ਉਹ ਜੀ ਮੱਲੋ ਮੱਲੀ ਜੇਬ 'ਚ ਪੈਸੇ ਪਾਉਣ ਆ ਫੜ ਸਾਈ ਬਾਈ ਟਰੈਕਟਰ ਸਾਡਾ ਤੂੰ 10 ਕਿੰਨੇ ਲੈਣੇ ਆ ਭਾਵੇਂ 20 ਲੱਖ ਲੈ ਲਾ ਮੈਂ ਕਿਹਾ ਨਹੀਂ ਮਿਹਨਤ ਬਹੁਤ ਕਰਨੀ ਪੈਂਦੀ ਆ ਮਿਹਨਤ ਬਹੁਤ ਇਕੱਲੀ ਇਕੱਲੀ ਚੀਜ਼ ਨੂੰ ਵਿਚਾਰਨਾ ਪੈਂਦਾ ਫਿਰ ਉਹਨੂੰ ਲਿਆਉਣਾ ਪੈਂਦਾ ਫਿਰ ਦੇਖਣਾ ਵੀ ਆ ਵੀ ਇਹ ਫਬਦੀ ਵੀ ਆ ਇਹਦੇ ਤੇ ਸੋ ਸਾਰਾ ਉਹ ਮੰਨ ਕੇ ਚਲੋ ਬਾਪੇ ਜੇ ਤੁਸੀਂ ਅੱਜ ਸੌਦਾ ਕਰ ਲਓਗੇ ਮੰਨ ਕੇ ਚਲੋ ਹਨਾ ਪਰ ਤੁਸੀਂ ਕਹੋਗੇ ਦੁਬਾਰਾ ਟਰੈਕਟਰ ਉਹੀ ਤਿਆਰ ਕਰਨਾ ਹਿੰਦੁਸਤਾਨ ਤੁਸੀਂ ਕਿਤੇ ਲੱਭ ਵੀ ਲਿਆਓਗੇ ਪਰ ਇਹੋ ਜਿਹੀ ਚੀਜ਼ ਤੁਹਾਨੂੰ ਦੁਬਾਰਾ ਬਣਨੀ ਨਹੀਂ ਮੈਂ ਬਣਾਉਣਾ ਆਪ ਹੀ ਚਾਹੀਦਾ ਮੈਂ ਦੇਖਿਆ ਮੈਂ ਗਿਆ ਤਲਵੰਡੀ ਵੀ ਦੇਖੇ ਆ ਜਿਹੜੇ ਉਹ ਮਿਸਤਰੀ ਤਿਆਰ ਕਰਦੇ ਆ ਤਲਵੰਡੀ ਭਾਈ ਕੇ ਵਾਲੇ ਉਹ ਹੁਣ ਉੱਥੇ ਗਏ ਮੈਨੂੰ ਆਂਦੇ ਵੀ ਤੁਸੀਂ ਬਜਟ ਦੱਸੋ ਕਿੰਨਾ ਤੁਹਾਡਾ ਅੱਛਾ ਜੀ ਮੈਂ ਕਿਹਾ ਵੀ ਮਤਲਬ ਉਹ ਕਹਿੰਦੇ ਵੀ ਜਿੰਨਾ ਤੁਹਾਡਾ ਬਜਟ ਆ ਉਹ ਜਿਹਾ ਅਸੀਂ ਤਿਆਰ ਕਰ ਦਿਆਂਗੇ ਮੈਂ ਕਿਹਾ ਵੀ ਮਿੱਤਰੋ ਗੱਲ ਆ ਪੈਸਾ ਮੇਰਾ ਚੁਆਇਸ ਤੁਹਾਡੀ ਅੱਛਾ ਜੀ ਇਹ ਕਿਵੇਂ ਹੋਊਗਾ ਮੈਂ ਤਾਂ ਆਪਦਾ ਆਪ ਤਿਆਰ ਕਰਨਾ ਆਪਦੇ ਸ਼ੌਕ ਨਾਲ ਆਪਦੇ ਪੈਸੇ ਲਾ ਕੇ ਆਪ ਤਿਆਰ ਕਰਨਾ ਇਹ ਫਿਰ ਜਦੋਂ ਅਸੀਂ ਉੱਥੋਂ ਆ ਸੀਟ ਲੈਣੀ ਸੀ ਤਲਵੰਡੀ ਤੋਂ ਹੀ ਮਿਲਦੀ ਆ ਇਹ ਅੱਛਾ ਜੀ ਤੇ ਉੱਥੇ ਗਏ ਤਾਂ ਫਿਰ ਉਹਨਾਂ ਨੇ ਦੇਖਿਆ ਕਹਿੰਦੇ ਵਾਹ ਕੀ ਬਾਤ ਆ ਤੇ ਉਹਨਾਂ ਦੇ ਬਜਟ ਮੁਤਾਬਕ ਉਹ ਤਾਂ 23 ਲੱਖ ਬਣਾਉਂਦੇ ਸੀਗੇ ਅੱਛਾ ਜੀ ਹਾਂ
ਕਹਿੰਦੇ 23 ਲੱਖ ਚਾਹ ਤਿਆਰ ਕਰ ਦਿਆਂਗੇ। ਮੈਂ ਕਿਹਾ ਮੇਰਾ 16 ਲੱਖ ਤਿਆਰ ਹੁਣ ਅਗਲੇ ਨੇ ਤਾਂ ਮਤਲਬ ਉਹਦੇ ਇੱਕ ਟਰੈਕਟਰ ਬਣਾਇਆ ਵੀਰ ਦਾ ਹੋਰ ਉਹ ਅਤੇ ਉਹਦੇ 'ਤੇ ਬੜਾ ਉਹਨਾਂ ਨੇ ਲਾਇਆ ਜੀ AK-47 ਦੇ ਗੇਅਰ ਦੇ ਉੱਤੇ ਵੀ, ਰੇਸ ਦੇ ਉੱਤੇ ਵੀ, ਕਈ ਲਾਉਂਦੇ ਪਿਸਤੌਲਾਂ ਦੀਆਂ, ਉਹ ਚੋਇਸ ਆ। ਉਹ ਮੇਰਾ ਖਿਆਲ ਤਾਂ ਮਾਲਕ ਦੀ ਆਪਦੀ ਉਨੀ ਚੋਇਸ ਉਹ ਹੋਣੀ ਨਹੀਂ ਜਿੰਨੀ ਉਹ ਅਗਲੇ ਨੇ ਆਪਦੀ ਸੋਚ ਮੁਤਾਬਕ। ਕਈ ਉਹ ਖੂੰਡੀ ਨਹੀਂ ਹੁੰਦੀ ਜਿਹੜੀ ਪੁਰਾਣੇ ਟਾਈਮਾਂ 'ਚ ਖੂੰਡੀ ਹੁੰਦੀ ਸੀ, ਘੱਟ ਜਾਂਦਾ ਹੈਗਾ। ਉਹ ਪਿੰਡ ਦੇ ਵੀ ਕੰਮ ਧੰਦੇ ਕਰਦੇ ਆ, ਉਹਦੇ ਵਿੱਚ ਥੋੜਾ ਜਿਹਾ ਘੱਟ ਜਾਂਦਾ ਹਜੇ। ਅਗਲੇ ਗੇੜੇ ਦੀ ਮੇਕਅਪ ਹੋਰ ਕਰਾਂਗੇ। ਅੱਛਾ ਜੀ, ਹਾਂ ਜੀ, ਥੋੜਾ ਜਿਹਾ ਇਹਦੇ ਤੇ ਰਹਿੰਦੇ ਆ ਸ਼ੌਂਕ ਲਾਉਣ ਵਾਲੇ। ਆਪਣੇ ਆਪਦੇ ਹੀ ਬੱਚਿਆਂ ਦਾ ਸੀਗਾ ਦੋਵਾਂ ਦਾ ਵਿਆਹ, ਉਹ ਫਿਰ ਉੱਥੇ ਲੈ ਕੇ ਗਏ ਸੀਗੇ ਤੇ ਆਉਂਦੇ ਆ ਮਿੱਤਰ ਦੋਸਤ ਲੈ ਜਾਂਦੇ ਆ, ਤੁਹਾਡੇ ਵਰਗੇ ਮਿੱਤਰ ਆਉਂਦੇ ਆ ਸ਼ੌਂਕ ਨਾਲ ਮੂਵੀ ਬਣਾ ਕੇ ਲੈ ਕੇ ਜਾਂਦੇ ਘਰੇ ਤੇ ਇਹ ਸ਼ੌਂਕ ਆ ਜੀ ਆਪੋ ਆਪਣਾ। ਸੀਟਾਂ ਸੂਟਾਂ ਐਨ ਪੂਰੀਆਂ ਵਧੀਆ, ਕਲਰ ਵੀ ਜਾਣੀ ਕਹਿ ਰਹੀ ਪੂਰਾ ਵਧੀਆ ਹੋਇਆ ਹੋਇਆ ਵਾ, ਜਿਵੇਂ ਸ਼ੋ ਵਗੈਰਾ ਬੰਪਰ ਵਗੈਰਾ ਹੋ ਗਿਆ ਨਾ, ਤੇ ਬਗਰਾਡ ਹੋ ਗਏ, ਪੇਂਟ ਸੋਹਣਾ ਕੀਤਾ ਮੁੰਡੇ ਨੇ ਇੱਥੋਂ, ਪੰਜ ਗਰਾਈਆਂ ਮੁੰਡਾ TTTT, ਹਾਂਜੀ, ਉਹਨੇ ਇਹ ਪੇਂਟ ਕੀਤਾ ਸਾਰਾ, ਸਾਰੇ ਰੇਡੀਅਲ ਦੇ ਟਾਇਰ ਆ ਸਾਰਾ ਪੂਰਾ। ਜਾਣੀ ਆਪਾਂ ਤਾਂ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡੀ, ਹੋ ਸਕਦਾ ਕੋਈ ਆਪਣੇ ਵਰਗਾ ਸ਼ੌਕੀਨ ਏਦੋਂ ਵਧੀਆ ਤਿਆਰ ਕਰ ਲਏ। ਬਾਪੂ ਜੀ ਦਾ ਖੂਹ ਵੀ ਦਿਖਾ ਰਹੇ ਯਾਰ, ਪਿਛਲੇ ਵਾਰ ਖੂਹ ਵੀ ਬਾਪੂ ਜੀ ਬਣਾਇਆ ਯਾਰ ਘਰੇ, ਬਾਪੂ ਜੀ ਦਾ ਪੁਰਾਣਾ ਪੁਰਾਣਾ ਦਰਸ਼ ਵਾਲਾ ਕੰਮ ਕਰੀ ਫਿਰਦੇ ਬਾਪੂ ਜੀ ਇਹ। ਇਹ ਪਹਿਲਾਂ ਕੁਛ ਸਾਲ 10-12 ਪਹਿਲਾਂ ਉਦੋਂ ਫਿਰ ਬਾਹਰ ਹਨੇਰਾ ਹੁੰਦਾ ਸੀ, ਸੈਰ ਸੂਟਾਂ ਵੀ ਨਹੀਂ ਸੀ। ਅੱਛਾ, ਤਾਂ ਫਿਰ ਇੱਥੇ ਘਰੇ ਹੀ ਆਲੇ ਦੁਆਲੇ ਤੁਰੇ ਫਿਰੀਦਾ ਸੀਗਾ। ਹਾਂਜੀ ਹਾਂਜੀ, ਤਾਂ ਹੁਣ ਆਪਾਂ ਪਾਰਕ ਬਾਹਰ ਬਣਾ ਲਿਆ, ਬਾਹਰ ਦਾ ਸਾਡਾ ਬਹੁਤ ਵੱਡਾ ਪਾਰਕ ਆ, ਉਹਦੀ ਵੀ ਮੂਵੀ ਬਣਾ ਕੇ ਲੈ ਕੇ ਜਾਇਓ ਤੁਸੀਂ। ਉਹ ਪਹਿਲਾਂ ਤਾਂ 1-1.25 ਕਰੋੜ ਰੁਪਈਆ ਸੀ ਆਪਦੇ ਭਰਾਵਾਂ ਨੇ, ਸਾਰੇ ਮਿੱਤਰਾਂ ਸੱਜਣਾਂ ਨੇ ਜਿਹੜੇ ਸਾਹਮਣੇ ਲੱਗੇ ਸੀ, ਆਪਣੇ ਸਾਹਮਣੇ ਬਣੀ ਹੋਈ ਹੈ। ਇੱਥੇ ਬਹੁਤ ਵੱਡਾ ਛੱਪੜ ਸੀਗਾ ਇਹ ਸਾਰਾ। ਅੱਛਾ ਜੀ, ਬਹੁਤ ਛੱਪੜ ਸੀ, ਘਰਾਂ 'ਚ ਪਾਣੀ ਵੜਿਆ ਹੁੰਦਾ ਸੀਗਾ। ਅੱਛਾ, ਤੇ ਉਹ ਫਿਰ ਸਾਰਾ ਸਾਫ਼ ਕਰਕੇ ਥੱਲੇ ਗਰਾਊਂਡ ਬਣ ਗਿਆ ਅਤੇ ਉੱਤੇ ਪਾਰਕ ਬਣਾ ਤਾ, ਉਹਦੇ ਛਿੱਟ ਛਿੱਟ ਬਣਾਏ ਆ ਸਾਰਾ। ਇਹ 5-4 ਸਾਲ ਦੇ ਲੱਗੇ ਆ ਇਹਨਾਂ ਕੰਮਾਂ ਨੂੰ। ਚਲੋ ਫਿਰ ਤਾਂ ਬੜਾ ਵਧੀਆ ਜੀ। ਹਾਂ, ਉਹ ਬਣਾਇਆ ਕਿਉਂਕਿ ਆਪਣੇ ਦੋ ਤਰ੍ਹਾਂ ਦਾ ਪਾਣੀ ਹੁੰਦਾ ਪਿੰਡਾਂ ਦਾ, ਇੱਕ ਗਲੀਆਂ ਦਾ, ਇੱਕ ਨਾਲੀਆਂ ਦਾ, ਇੱਕ ਨਾਲੀਆਂ ਦਾ, ਉਹਨੂੰ ਅੱਡ ਅੱਡ ਕਰਨਾ ਹੁੰਦਾ। ਅਸੀਂ ਉਹਨੂੰ ਨਾਲੀਆਂ ਦਾ ਜਿਹੜਾ ਪਾਣੀ ਆ ਉਹਨੂੰ ਇੱਕ ਬਾਹਰ ਹੋਰ ਛੱਪੜਾ ਉੱਥੇ ਲੈ ਗਏ ਆ, ਉੱਥੋਂ ਖੇਤਾਂ ਨੂੰ ਲੱਗਦਾ ਕਰਤਾ। ਅੱਛਾ, ਇਹਦੇ 'ਚ ਹੁਣ ਆਉਂਦਾ ਜਿਹੜਾ ਥੱਲੇ ਗਰਾਊਂਡ ਵੀ ਆ ਉਹ ਖੇਡਣ ਵਾਸਤੇ ਬੱਚਿਆਂ ਦੇ, ਪਰ ਜਦੋਂ ਮੀਂਹ ਆਉਂਦਾ ਤਾਂ ਉਹ ਗਲੀਆਂ ਦਾ ਪਾਣੀ ਮੀਂਹ ਦਾ ਇੱਥੇ ਸਾਫ਼ ਜਮ੍ਹਾਂ ਹੋ ਜਾਂਦਾ, ਉਹ ਜਿਹੜਾ ਹੁੰਦਾ 1-2 ਦਿਨ 'ਚ ਸੁੱਕ ਜਾਂਦਾ ਅਤੇ ਹੁਣ ਬੋਰ ਵੀ ਕਰਤਾ ਉਹ ਰੀਚਾਰਜ ਹੋ ਕੇ ਥੱਲੇ ਚਲਾ ਜਾਂਦਾ। ਇਹ ਵੀ ਸਾਡੇ ਮਤਲਬ ਕੀਤਾ ਹੋਇਆ। ਤੁਸੀਂ ਹੁਣ ਦੱਸਦੇ ਸੀ ਜਿਵੇਂ ਲੋਕ ਵਿੱਚ ਕਮੈਂਟ ਕਰਦੇ ਆ ਨਾ, ਪਰ ਲੋਕਾਂ ਨੇ ਹੁਣ ਆਹ ਕਮੈਂਟ ਨਹੀਂ ਕਰਨਗੇ, ਹੁਣ ਛਾਵਾ ਹੀ ਦੇਣਗੇ ਤੁਸੀਂ ਨਾਲ ਪਾਰਕ ਵੀ ਤੁਹਾਡੇ ਪਿੰਡ ਦੇ ਤੁਸੀਂ ਬਣਾ ਦਿੱਤੇ। 1.25 ਕਰੋੜ ਰੁਪਈਆ ਇੱਕ ਸਕੂਲ ਬਣਾਇਆ ਜੀ ਅਸੀਂ, ਉਹ ਸਕੂਲ ਪ੍ਰਾਇਮਰੀ ਸਕੂਲ ਬਣਾਇਆ ਵਾ ਉੱਥੇ, ਜੇ ਤੁਹਾਨੂੰ ਦਿਖਾ ਕੇ ਲਿਆਈਏ। ਅਤੇ ਫਿਰ ਇਹ ਅਸੀਂ 5 ਛੱਪੜ ਸੀ ਸਾਡੇ ਪਿੰਡ 'ਚ 22 ਏਕੜ, ਅਤੇ 5 ਛੱਪੜਾਂ ਦਾ ਪਾਣੀ ਅਸੀਂ ਚਾਲੂ ਕਰਤਾ ਖੇਤਾਂ ਨੂੰ ਲੱਗਦਾ ਕਰਤਾ। ਇੱਕ ਉੱਧਰ ਹੈਗਾ ਫੁੱਲੇ ਵਾਲੇ ਪਾਸੇ ਨੂੰ ਜਾਂਦਾ ਨਹਿਰ ਵਾਲੇ ਪਾਸੇ ਨੂੰ, ਉੱਧਰੋਂ ਪਾਈਪਾਂ 3 ਕਿਲੋਮੀਟਰ ਪਾਈਆਂ ਉਹ ਡਰੇਨ 'ਚ, ਅਤੇ ਉੱਧਰ ਜ਼ਮੀਨ 'ਚ ਪੰਚਾਇਤ 'ਚ ਪਾਣੀ ਜਾਂਦਾ, ਇੱਧਰਲਾ ਵੀ ਖੇਤਾਂ ਨੂੰ ਪਾਣੀ ਲੱਗਦਾ ਕੀਤਾ। ਜਦੋਂ ਮਰਜ਼ੀ ਆਓ ਸਾਡੇ ਨਗਰ 'ਚ, ਸਲਾਹ ਵੀ ਦੇਵਾਂਗੇ ਜਿਵੇਂ ਅਸੀਂ ਤਜਰਬੇ ਨਾਲ ਕੀਤਾ ਸਾਰਾ, ਅਤੇ ਪੁੱਛਦੇ ਵੀ ਆ ਕਈ ਆਉਂਦੇ ਵੀ ਆ ਸੱਜਣ ਮਿੱਤਰ, ਕਈਆਂ ਪਿੰਡਾਂ ਤੋਂ ਆ ਕੇ ਦੇਖ ਕੇ ਵੀ ਜਾਂਦੇ ਆ। ਹੁਣ ਪਾਰਕ ਦੇ ਵਿੱਚ ਬਹੁਤ ਸੋਹਣੇ ਬੂਟੇ ਲਿਆ ਕੇ ਮਲੇਰਕੋਟਲੇ ਤੋਂ ਲਾਏ ਆ,
ਤੇ ਹੁਣ ਕਿਸੇ ਨੂੰ ਆਪਾਂ ਥੋੜਾ ਦੱਸ ਦਿਓ, ਕਮੈਂਟ ਕਰੀ ਜਾਂਦੇ ਤੁਹਾਡੀ ਖੁਸ਼ੀ ਆ ਭਾਈ ਜਿਹੜੀ ਤੁਸੀਂ, ਤੁਹਾਨੂੰ ਕੀ ਪਤਾ ਸੀ ਕੌਣ ਆ ਕੀ ਕਰ ਰਹੇ ਹੋ, ਤੁਸੀਂ ਤਾਂ 1 ਲੱਖ ਕਰਕੇ ਆ ਕੁੜੀਆਂ ਦੇ ਵਿਆਹ ਕਰ ਦਿੰਦਾ, ਇਹ ਫੁਕਰਾ ਪਾਣਾ ਫਲਾਨਾ ਤੇ ਯਾਰ ਸ਼ੌਂਕ ਆ, ਸ਼ੌਂਕ ਦਾ ਮੁੱਲ ਨੀ ਹੁੰਦਾ ਜੀ। ਹਾਂ ਵੀ ਜਾਂ ਤਾਂ ਤੁਹਾਥੋਂ ਕਿਸੇ ਨੇ ਕਰਜ਼ਾ ਲੈ ਕੇ ਲਾਇਆ ਹੈ, ਬਾਕੀ ਤੁਸੀਂ ਹੁਣ ਵਾਪੋ ਪਿੰਡ ਦੇ ਵਿੱਚ ਸਕੂਲ ਵੀ ਬਣਾਤਾ, ਛੱਪੜ ਵੀ ਕਰਤਾ, ਏਦਾਂ ਵੱਡਾ ਹੋਰ ਤਾਂ ਕੁਛ ਨੀ, ਕੋਈ ਵੀ ਕੋਈ ਭਲਾ ਨਹੀਂ ਹੋ ਸਕਦਾ ਮੈਨੂੰ ਲੱਗਦਾ। ਉਧਰ ਇੱਕ ਪਾਣੀ ਦੀ ਸਮੱਸਿਆ ਸਭ ਤੋਂ ਵੱਡੀ ਹੁੰਦੀ ਹੈ, ਵੱਡੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਪਾਣੀ ਦੀ ਮੰਨੀ ਨੇ ਪਿੰਡਾਂ ਦੇ ਵਿੱਚ। ਹਾਂਜੀ ਹਾਂਜੀ, ਉਧਰ ਮਹਾਂਪੁਰਖ ਸਾਡੇ ਆ ਗਊਸ਼ਾਲਾ ਵਾਲੇ ਵਧਣੀ ਵਾਲੇ, ਹਾਂਜੀ ਸਕੂਲ ਬਣਾ ਰਹੇ ਆ, ਉਹਦੇ ਸ਼ਾਟ ਲੈ ਕੇ ਜਾਇਓ, ਉਹ ਆਪਣੇ ਉਧਰ ਬਣਾਉਂਦੇ ਆ। ਕੱਲ ਨੂੰ ਟੂਰਨਾਮੈਂਟ ਸ਼ੁਰੂ ਹੋਣਾ ਸਾਡਾ, ਹਾਂਜੀ ਆਪਣੇ ਦਾ ਬਹੁਤ ਵੱਡੀ ਦੇਣ ਆ ਸਾਡੇ ਪਿੰਡ ਨੂੰ। ਦੂਜਾ ਸਕੂਲ ਵੀ ਉਹਨਾਂ ਨੇ ਤਿਆਰ ਕਰਾਉਣਾ, ਡਿਸਪੈਂਸਰੀ ਕਰਾਉਣੀ, ਘੱਟੋ ਘੱਟ 10 ਕਰੋੜ ਰੁਪਇਆ ਉਹਨਾਂ ਨੇ ਨਗਰ ਤੇ ਖਰਚਣਾ, 10 ਕਰੋੜ ਹਾਂਜੀ। ਅਤੇ ਫਿਰ ਉਹਨਾਂ ਨਾਲ ਜੁੜੇ ਹੋਏ ਆ, ਜਿਵੇਂ ਜਿਵੇਂ ਉਹਨਾਂ ਦਾ ਫਿਰ ਜਿਵੇਂ ਹੁਕਮ ਹੁੰਦਾ, ਜਿਵੇਂ ਨਾਲ ਸਾਰਾ ਰਲ ਮਿਲ ਕੇ ਕਰੀ ਜਾਈਦਾ ਹੈਗਾ। ਚਲੋ ਪੂਰਾ ਜੀ ਲੱਗਿਆ ਰਹਿੰਦਾ, ਪੂਰਾ ਹੀ ਵਧੀਆ ਜੀ। ਨਾਲੇ ਜੀ ਆਇਆ ਜੀ ਪਿੰਡ ਦੇ ਵੀ ਸਲਾਹੁੰਦੇ ਆ, ਅਗਲਾ ਕਹਿੰਦਾ ਵੀ ਠੀਕ ਆ ਵੀ ਨਾਲ ਕੁਛ ਨਾ ਕੁਛ ਬਣਾਈ ਜਾਂਦੇ, ਤੁਸੀਂ ਹੁਣ ਛੱਪੜ ਦਾ ਕਰ ਲਿਆ, ਪਾਣੀ ਨਿਕਾਸੀ ਹੋ ਗਈ, ਠੀਕ ਆ, ਪਾਰਕ ਪੂਰੀ ਵਧੀਆ ਬਣਾ ਤੀ, ਪਰੇ ਤੁਸੀਂ ਕਹਿੰਦੇ ਹੋ ਵੀ ਹੋਇਆ ਹੋਇਆ, ਹੁਣ ਤੁਹਾਡਾ ਟੂਰਨਾਮੈਂਟ ਵੀ ਆ, ਪਰੇ ਬਾਬਾ ਜੀ ਸਕੂਲ ਬਣਾ ਰਿਹਾ, ਆਪੇ ਤੁਹਾਡੀ ਵਾਹ ਵਾਹ ਹੋਣੀ ਹੈ ਜੀ, ਠੀਕ ਆ। ਤੁਸੀਂ ਤੁਹਾਡੀ ਚਲੋ ਮਾਲਕ ਤੁਹਾਡੇ ਕੰਮਾਂ ਦੇ ਵਿੱਚ ਹੋਰ ਤਰੱਕੀਆਂ ਬਖਸ਼ੇ, ਤਾਂ ਜੋ ਤੁਸੀਂ ਹੋਰਾਂ ਦੇ ਵਿੱਚ ਵੀ ਤੁਸੀਂ ਆਪਦਾ ਇਨਵੋਲਵ ਕਰੋ, ਤੁਸੀਂ ਹੋਰ ਕੰਮ ਤੁਸੀਂ ਆਪਦੇ ਗਾਂਧੀ ਪਿੰਡ ਦੇ ਤੁਹਾਡੇ ਰਹਿੰਦੇ ਆ, ਤੁਸੀਂ ਉਹ ਵੀ ਤੁਸੀਂ ਆਪਦੇ ਕਰਨਯੋਗ ਹੋਵੋ। ਹਾਂਜੀ, ਜੇ ਤੁਹਾਡੇ ਕੋਲ 4 ਰੁਪਈਏ ਹੋਣਗੇ ਤਾਂ ਜੇ ਤੁਹਾਡੇ ਤੁਸੀਂ ਮੰਨ ਲਓ 60 ਪੈਸੇ ਤੁਸੀਂ ਆਪਦੇ ਘਰੇ ਰੱਖੋਗੇ, 40 ਪੈਸੇ ਤਾਂ ਹੀ ਤੁਸੀਂ ਲੋਕਾਂ ਦੇ ਲਾਓਗੇ ਜੀ। ਬਿਲਕੁਲ ਬਿਲਕੁਲ, ਜੇ ਹੁਣ ਉੱਧਰ ਆਪਣਾ ਆਪਦਾ ਕੰਮ ਘੱਟ ਚੱਲਦਾ ਹੋਊਗਾ ਤਾਂ ਆਪਾਂ ਥੋੜ੍ਹਾ ਲਾ ਲਾਂਗੇ। ਬਿਲਕੁਲ, ਮਾਲਕ ਦੀ ਕਿਰਪਾ, ਚਲੋ ਵਧੀਆ ਸਾਵਧਾਨ ਚੱਲੇ ਆਪਣਾ ਕਹਿੰਦੇ ਹਾਂ ਨਾ। 4 ਪੀੜੀਆਂ ਹੋ ਗਈਆਂ ਸਾਨੂੰ ਬਾਹਰ ਗਿਆ ਨੂੰ। ਹਾਂਜੀ, ਵੱਡੇ ਬਾਬੇ ਗਏ ਸਾਡੇ 1926 ਚ, ਅੱਛਾ ਜੀ, ਫਾਦਰ ਸਾਹਿਬ ਗਏ 1931-32 ਚ, ਤੇ ਚੌਥੀ ਪੀੜੀ ਆ ਸਾਡੀ। ਪਹਿਲਾਂ ਮਨੀਲਾ ਸੀ, ਫਿਰ ਅਮਰੀਕਾ ਚਲੇ ਗਏ, ਤੇ ਹੁਣ ਕਮਾਈਆਂ ਕਰਕੇ ਹੁਣ ਵਿਹਲੇ ਸ਼ੌਂਕ ਹੀ ਪੂਰੇ ਕਰਨੇ। ਹਾਂਜੀ, ਉਹ ਤਾਂ ਹੈਗਾ ਜੀ ਬਾਪੂ ਜੀ, ਹੁਣ ਸਾਰੀ ਉਮਰ ਤੁਸੀਂ ਬਾਹਰ ਕੱਢ ਲਈ ਨਗਰ 'ਚ ਆ ਗਏ, ਜੇ ਤੁਸੀਂ ਆ ਕੇ ਤਾਂ ਹੁਣ 10 ਸਾਲ ਜੇ ਤੁਸੀਂ ਜ਼ਿੰਦਗੀ ਆਪਦੀ ਮਰਜ਼ੀ ਨਾਲ ਜਿਉਂ ਜੀ ਤਾਂ ਫਿਰ ਫਾਇਦਾ ਵੀ ਕੀ ਹੈ ਜੀ, ਉਸ ਤਰ੍ਹਾਂ ਜੇ ਦੇਖਿਆ ਜਾਵੇ। ਸ਼ੌਂਕ ਆ, ਸ਼ੌਂਕ ਪੂਰਾ ਕਰੋ ਜੀ, ਆਪ ਸਭ ਨੂੰ ਕਰਨਾ ਚਾਹੀਦਾ। ਹਾਂ ਜੀ, ਜਿਹਦੇ ਕੋਲ 4 ਰੁਪਈਏ ਹੈਗੇ ਆ ਕੋਲੇ, ਸਭ ਕਰੇ, ਆਪਾਂ ਤਾਂ ਕਹਿੰਦੇ ਵੀ ਸਭ ਕਰੋ। ਤੁਹਾਡਾ ਵੀ ਧੰਨਵਾਦ ਆ, ਤੁਸੀਂ ਵੀ ਸਾਨੂੰ ਸਮਾਂ ਦਿੱਤਾ ਵਾ, ਕਿਉਂਕਿ ਤੁਸੀਂ ਵੀ ਹੁਣ ਚਲੋ ਬਾਹਰੋਂ ਆਏ, ਤੁਹਾਡੇ ਫੰਕਸ਼ਨ ਵਗੈਰਾ ਵੀ ਬਹੁਤ ਚੱਲ ਰਹੇ, ਤੁਸੀਂ ਦੱਸਦੇ ਸੀ ਜਿਵੇਂ ਆਪਾਂ, ਥੋੜਾ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਵਾ ਇਹਦੇ ਵਿੱਚ ਵੀ। ਦਰਵਾਜ਼ੇ ਖੁੱਲੇ ਹੁੰਦੇ ਆਪਣੇ ਜਦੋਂ ਮਰਜ਼ੀ ਆਓ, ਜੋ ਜਿੰਨੀ ਜੋਗੇ ਹੈਗੇ, ਕੋਈ ਸਲਾਹ ਲੈਣੀ ਹੈ ਪਿੰਡ ਦੇ ਕੰਮ, ਹਾਂਜੀ ਹਾਂਜੀ ਉਹ ਤਾਂ ਹੈਗਾ ਜ਼ਰੂਰ, ਸਾਰਾ ਕਿਵੇਂ ਪਿੰਡ ਦੇ ਮਨਰੇਗਾ ਤੋਂ ਕੰਮ ਕਰਾਉਣੇ ਆ, ਕਿਵੇਂ ਕਿੱਥੋਂ ਗਰੰਟਾਂ, ਕਿਵੇਂ ਗਰੰਟਾਂ ਲੈਣੀਆਂ, ਕਿਸੇ ਦੀ ਮਿੰਨਤ ਕਰਨ ਦੀ ਲੋੜ ਨਹੀਂ, ਅਤੇ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਹੜੀ ਚੀਜ਼ ਕਿੱਥੇ ਅਪਲਾਈ ਕਰਕੇ ਅਤੇ ਕਿੱਥੋਂ ਮਿਲਣੀ ਹੈ। ਸੋ ਇਹ ਸਾਰੇ ਕੰਮਾਂ ਧੰਦਿਆਂ ਦੀ ਨੌਲੇਜ ਲੈਣੀ ਹੋਵੇ, ਜੇ ਬਹੁਤੇ ਤਾਂ ਹੁਣ ਜਾਗਰੂਕ ਆ ਆਪਣੇ ਪੜ੍ਹੇ ਲਿਖੇ, ਪੰਚਾਇਤ ਪੰਚ ਸਰਪੰਚ ਸਾਡੇ ਵੀ ਪੜ੍ਹੇ ਲਿਖੇ ਆ ਮੁੰਡੇ, ਅਤੇ ਸਾਰੇ ਇਹੀ ਕੰਮ ਕਰੀਦੇ ਆ। ਜੀ ਆਇਆਂ ਨੂੰ ਤੁਹਾਡੇ, ਜੇ ਤੁਹਾਡੇ ਨਾਲ ਕੋਈ ਕੰਟੈਕਟ ਵੀ ਕਰਨਾ ਹੋਵੇ ਤਾਂ ਮੰਨ ਲਓ ਫੋਨ 'ਤੇ ਵੀ ਕਰਨਾ ਹੋਵੇ, ਆਪਣਾ ਨੰਬਰ ਹੈਗਾ ਜੀ 87-250-46-288, ਇਹ ਇੰਡੀਆ ਵਾਲਾ ਨੰਬਰ ਹੈ, ਅਤੇ ਜੇ ਵਟਸਐਪ 'ਤੇ ਜਾਂ ਬਾਹਰਲੇ 'ਤੇ ਕਰਨਾ ਉਹ ਹੈਗਾ ਏਰੀਆ ਕੋਡ 510-943-85-02, ਇਹ ਆਪਣਾ ਸਨ ਫਰਾਂਸਿਸਕੋ ਦਾ USA ਦਾ ਨੰਬਰ ਹੈ, ਇਹਦੇ 'ਤੇ ਵਟਸਐਪ ਵੀ ਚੱਲਦਾ, ਅਤੇ ਕਦੋਂ ਵੀ ਬੇਝਿਜਕ ਜਦੋਂ ਵੀ ਮਰਜ਼ੀ ਕਾਲ ਕਰੋ, ਮੈਸੇਜ ਕਰੋ, ਅਤੇ ਤੁਹਾਡੇ ਨਾਲ ਹੈ।
ਹੈ ਜੀ ਜੀ ਆਇਆਂ ਨੂੰ ਤੁਹਾਡਾ ਆਹ ਟਰੈਕਟਰ ਆਪਾਂ ਇੱਥੋਂ ਤਿਆਰ ਕਰਾਇਆ ਕਿਤੋਂ ਹੋ ਤਿਆਰ ਨਹੀਂ ਇਹ ਵੀ ਆਪ ਹੀ ਉੱਥੇ ਤਿਆਰ ਕੀਤਾ ਸੀ ਝੰਡਿਆਣੇ ਵਾਲੇ ਮੁੰਡਿਆਂ ਨੇ ਤਿਆਰ ਕੀਤਾ ਸੀ ਹਾਂ ਉਹਨਾਂ ਦੀ ਵਰਕਸ਼ਾਪ ਵੀ ਆ ਕਾਕਾ ਉਹਦਾ ਭਾਈ ਦੂਜਾ ਹਾਂਜੀ ਤੇ ਮਾਣਾ ਮਾਣਾ ਕਹਿ ਦਿੰਦੇ ਆ ਮਨਦੀਪ ਤੇ ਇਹ ਉਹਨਾਂ ਭਰਾਵਾਂ ਦੀ ਹੋਈ ਸਾਰੀ ਮਿਹਨਤ ਹੈਗੀ ਆ ਰਲ ਮਿਲ ਕੇ ਰੰਗ ਬਹੁਤ ਸੋਹਣਾ ਕਰਦੇ ਆ ਜਿਵੇਂ ਨਾ ਕਹਿ ਦਈਏ ਵੀ ਜਾਂਸੀ ਟਰੈਕਟਰ ਜਿਵੇਂ ਕੱਲ ਨਿਕਲਿਆ ਹੁਣ ਉਹ ਸਿਸਟਮ ਆ ਜਿਵੇਂ ਤੀਜਾ ਸਾਲ ਹੋ ਗਿਆ ਅਜੇ ਤੱਕ ਰੰਗ ਉਵੇਂ ਹੀ ਪਿਆ ਤੁਸੀਂ ਫਿੱਟਿਆ ਨਹੀਂ ਰੰਗ ਇਹ ਤਾਂ ਵਾਇਆ ਵੀ ਆ ਖੇਤੀ ਵਿੱਚ ਵੀ ਵਾਇਆ ਇਹ ਤਾਂ ਵਰਤਿਆ ਹੋਇਆ ਕਈਆਂ ਦੇ ਨਾ ਆਹ ਚੀਜ਼ਾਂ ਦੇ ਵਿੱਚ ਬਾਪੂ ਜੀ ਜਿਵੇਂ ਆਹ ਚੀਜ਼ਾਂ ਇਹ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਾਂਜੀ ਹਾਂਜੀ ਜਿਵੇਂ ਆਹ ਚੀਜ਼ਾਂ ਪੂਰੀਆਂ ਸਹੀ ਪਈਆਂ ਖਰਾਬ ਨਹੀਂ ਇਹਦੇ ਪਿੱਛੇ ਵੀ ਟਿਊਬਾਂ ਦੂਜੀਆਂ ਪਾਈਆਂ ਹੈਗੀਆਂ ਡਿਸ ਬ੍ਰੇਕਾਂ ਵਾਲੀਆਂ ਫਾਰਮ ਟਰੈਕ ਵਾਲੀਆਂ ਤੇ ਮੂਹਰੇ ਵੀ ਇਹ ਪਾਵਰ ਸਟੀਅਰਿੰਗ ਕਰਾਇਆ ਵਾ ਹਾਂਜੀ ਆਹ ਸਾਰਾ ਦਿਖਾ ਰਿਹਾ ਮਹਾ ਗਰਮਿੰਦਰ ਇਹ ਸਾਰਾ ਪਾਵਰ ਸਟੀਅਰਿੰਗ ਕੀਤਾ ਪਾਵਰ ਸਟੀਅਰਿੰਗ ਕੀਤਾ ਹੈ ਮਗਲੇ ਟਿਊਬਾਂ ਬਦਲ ਗਈਆਂ ਡਿਸ ਬ੍ਰੇਕਾਂ ਵਾਲੀਆਂ ਡਿਸ ਬ੍ਰੇਕਾਂ ਵਾਲਾ ਪਿਛਲੇ ਪਾਸੇ ਚੱਕਾ ਦਿਖਾ ਦੇ ਅੰਦਰ ਦੀ ਪਿਛਲੇ ਪਾਸੇ ਦਿਖਾ ਚਾਹੇ ਅੰਦਰ ਦੀ ਹਾਂ ਤੇ ਉਹ ਮੁੰਡਾ ਸਤਨਾਮ ਸੀਗਾ ਉਹ ਕਹਿੰਦਾ ਵੀ ਮੈਂ ਲੈ ਕੇ ਜਾਣਾ ਮੈਂ ਚੱਲ ਪੁੱਤਰ ਤੂੰ ਲੈ ਜਾ ਤੇ ਇਸ ਤਰ੍ਹਾਂ ਹੈਗਾ ਵੀ ਸ਼ੌਂਕ ਨਾਲ ਕੇ ਦੀਨ ਹੈ ਰਾਜ ਜਦੋਂ ਮਰਜ਼ੀ ਕਾਲ ਕਰੋ ਤੇ ਤੁਹਾਨੂੰ ਦੱਸਾਂਗੇ ਕਿੱਥੋਂ ਬਣਾਉਣਾ ਕਿਵੇਂ ਬਣਾਉਣਾ ਹਨਾ ਹਾਂਜੀ ਹਾਂਜੀ ਗੁਰਸ਼ਾਨ ਬਾਪੂ ਪੋਤਾ ਨਾਮ ਆ ਪੋਤਰੇ ਦਾ ਨਾਮ ਜੀ ਗੁਰਸ਼ਾਨ ਪੋਤਰੇ ਦਾ ਗੁਰਸ਼ਾਨ ਹਾਂ ਹਾਂ ਇਹ ਉੱਥੇ ਵੱਡੇ ਕਾਕੇ ਕੋਲੇ ਸੀਗਾ ਰੇਂਜ ਰੋਵਰ ਅੱਛਾ ਉਹਦੀ ਲਾਇਸੈਂਸ ਪਲੇਟ ਆ ਉਹਦੇ ਨਾਂ ਤੇ ਅੱਛਾ ਉਹਦੀ ਪਲੇਟ ਜਾਣ ਕੇ ਲਾ ਕੇ ਇੱਥੇ ਪੋਰੇ ਲਾ ਦੀ ਗੁਰਸ਼ਾਨ ਲਾ ਦੀ ਇੱਕ ਭੇਜਤੀ ਇੱਕ ਨੇ ਪਿਛਲੀ ਭੇਜਤੀ ਹਾਂਜੀ ਦੋ ਬੇਟੇ ਆਪਣੇ ਉੱਥੇ ਹਾਂਜੀ ਹਾਂਜੀ ਉਹਨਾਂ ਨੇ ਫਿਰ ਆਪਦੇ ਆਪਦੇ ਐਸਯੂਵੀ ਤੋਂ ਲਾ ਕੇ ਇੱਕ ਇੱਕ ਪਲੇਟ ਭੇਜਤੀ ਆਪਾਂ ਇੱਥੇ ਲਾਤੀ ਸ਼ੌਂਕ ਨਾਲ ਚਲੋ ਵਧੀਆ ਟਰੈਕਟਰ ਬਾਪੂ ਜੀ ਬਾਕੀ ਪੈਸਾ ਵੀ ਲੱਗਿਆ ਵਾ ਤੁਹਾਡੇ ਮਨ ਦੀ ਤੁਹਾਡੀ ਰੀਝ ਵੀ ਪੂਰੀ ਹੋਈ ਤੇ ਟਰੈਕਟਰ ਸੋਹਣਾ ਵੀ ਪੂਰਾ ਲੱਗਦਾ ਹਾਂ ਜੱਚਦਾ ਵੀ ਆ ਹਾਂਜੀ ਹਾਂਜੀ ਇਹ ਨਹੀਂ ਗੱਲ ਵੀ ਨਹੀਂ ਜੱਚਦਾ ਕਿਉਂਕਿ ਵੈਸੇ ਵੀ ਤੁਸੀਂ ਸਮਾਨ ਹੀ ਸਾਰਾ ਤੁਸੀਂ ਪੀਟਰ ਬੈਲਟਰ ਲਾਇਆ ਵਾ ਇੱਦੋਂ ਪਿਛਲਾ ਹੋਰ ਇੱਦੋਂ ਅੱਗੇ ਹੋਰ ਚੀਜ਼ ਹੋ ਵੀ ਨਹੀਂ ਸਕਦੀ ਪੀਟਰ ਬੈਲਟਰ ਨਹੀਂ ਜਾਣ ਤੋਂ ਭਾਰ ਗਿਆ ਬਹੁਤ ਆ ਸਾਢੇ 12 ਕਿਲੋ ਦੀ ਇੱਕ ਲਾਈਟ ਆ ਇਹ ਹਾਂਜੀ ਤੇ ਹੁਣ ਭੋਰਾ ਹਿਲਦੀ ਨਹੀਂ ਕਿਸੇ ਪਾਸਿਓ ਇਹਦੇ ਵਿੱਚ ਇੱਥੇ ਪੂਰਾ ਫਰੇਮ ਬਣਾਇਆ ਮੋਟੀ ਪੱਤੀ ਫੇਰ ਫਰੇਮ ਬਣਾ ਕੇ ਵਿੱਚ ਬਣਾ ਕੇ ਲੱਗਿਆ ਹੋਇਆ ਤੇ ਫੇਰ ਇਹ ਲਾਈਆਂ ਤਾਂ ਕਿ ਹਿੱਲਣ ਨਾ ਭੋਰਾ ਨਹੀਂ ਹਿੱਲਦੀਆਂ ਬਿਲਕੁਲ ਹਿੱਲਣੀ ਨਹੀਂ ਬਾਪੂ ਜੀ ਰੁਪਈਆ ਲਾਦੇ ਫੇਰ ਹੀ ਫਾਇਦਾ ਬਾਪੂ ਜੀ ਹਾਂ ਨਹੀਂ ਤਾਂ ਪੱਤਰਿਆਂ ਤੇ ਦੂਜੀਆਂ ਲਾਈਟਾਂ ਹੀ ਹੁੰਦੀਆਂ ਇਹ ਨਹੀਂ ਖੜਦੀਆਂ ਇਹ ਤਾਂ ਫਿਰ ਪੂਰੀ ਮਜ਼ਬੂਤੀ ਕਰਕੇ ਫਰੇਮ ਬਣਾ ਕੇ ਫੇਰ ਲਾਈਆਂ ਇਹ ਲਾਈਟਾਂ ਤੇ ਫੇ ਪਹਿਲੇ ਸਾਈਨ ਆਹ ਖਰਾਬ ਹੋ ਗਏ ਸੀਗੇ ਉਹਨਾਂ ਨੇ ਸਟicker ਹੀ ਲਾਤੇ ਸੀ ਪਹਿਲਾਂ ਅੱਛਾ ਜੀ ਕਿਉਂਕਿ ਤੁਹਾਨੂੰ ਹੌਲੀ ਹੌਲੀ ਤਜਰਬਾ ਹੁੰਦਾ ਪਹਿਲਾਂ ਹਨਾ ਹਾਂਜੀ ਹਾਂਜੀ ਫੇਰ ਇਹ ਬਾਕੀ ਪੁਰਾਣੇ ਸਿੱਧੂ ਗ੍ਰਾਫਸ ਵਾਲੇ ਆ ਉਹਨਾਂ ਨੇ ਫੇਰ ਇਹ ਤਿਆਰ ਕਰਕੇ ਡਿਜ਼ਾਈਨ ਕਰਤਾ ਪੱਕਾ ਹੀ ਡਿਜ਼ਾਈਨ ਕਰਤਾ ਪੱਕੇ ਡਿਜ਼ਾਈਨ ਉਹਦੇ ਵਿੱਚ ਕਰਤਾ ਪੱਕੇ ਹੁਣ ਇਹ ਖਰਾਬ ਨਹੀਂ ਹੋਣੇ ਹਾਂਜੀ ਪਹਿਲਾਂ ਉਹਨਾਂ ਨੇ ਸਟicker ਲਾਤੇ ਸੀਗੇ ਤਲਵੰਡੀ ਵਾਲਿਆਂ ਨੇ ਹਾਂਜੀ ਹਾਂਜੀ ਤੇ ਉਹ ਸਟicker ਫਿਰ ਫੇਡ ਹੋ ਗਏ ਕੁਛ ਉਹ ਗੂੰਦ ਛੱਡ ਗਈ ਗਰਮੀ ਦੇ ਨਾਲ ਉਹ ਲਵਾ ਕੇ ਫਿਰ ਇਹ ਨਵੇਂ ਲਵਾਏ ਦੁਬਾਰਾ ਤੇ ਹੌਲੀ ਹੌਲੀ ਤਜਰਬਾ ਹੋਈ ਜਾਂਦਾ ਵਿੱਚੋਂ ਉਵੇਂ ਉਵੇਂ ਬੰਦਾ ਕਰੀ ਜਾਂਦਾ ਆਪਣਾ ਯਾਨੀ ਕਿ ਪਹਿਲੀ ਵਾਰ ਦੇਖਿਆ ਵੀ ਦੋ ਸਰਾਂਸਰ ਜਿਹੜੇ ਲਾਏ ਹੋਏ ਜਿਹੜੇ ਪਹਿਲੀ ਵਾਰ ਦੇਖੇ ਆ ਹਾਂ ਹਾਂ ਆਮ ਲੋਕ ਰੁਪਈਆ ਲਾ ਦਿੰਦੇ ਆ 10-12 ਲੱਖ ਰੁਪਏ ਲੋਕ ਉਹਨਾਂ ਨੂੰ ਜਿਹੜੇ ਆਪਣੇ ਜਿਹੜੇ ਇੱਥੋਂ ਦੇ ਉਰੇ ਲੋਕ ਵੀ ਜਿਹੜੇ ਤਿਆਰ ਕਰਦੇ ਆ ਤਿਆਰ ਕਰਾਉਂਦੇ ਆ ਜਿਹੜੇ ਆਪਣੇ ਲੋਕ ਮੁੰਡੇ ਵੀ ਤਿਆਰ ਕਰਦੇ ਦੋ ਪਰ ਤੂੰ ਆਇਆ ਕਿਸ ਨਿਕਲਦਾ ਉਹ ਇੱਕ ਹੀ ਰਹਿ ਜਾਂਦਾ ਪਰ ਹੁਣ ਇਹ ਦੋਨਾਂ ਵਿੱਚ ਤੁਸੀਂ ਕਹਿੰਦੇ ਦੋਨਾਂ 'ਚ ਕੰਮ ਕਰਦਾ ਪੂਰਾ ਉਹ ਸਾਰਾ ਹੀ ਆ ਹਾਂ ਉਹ ਦੂਜਾ ਹੈਗੀ ਆ ਕੈਮੀਕਲ ਵਾਲੀ ਜਿਹੜੀ ਉਧਰੋਂ ਤਾਰ ਆਉਂਦੀ ਆ ਇੱਧਰ ਦਿਖਾ ਰਿਹਾ ਹਾਂ ਸਾਰੀ ਉਹ ਜਦੋਂ ਤੁਸੀਂ ਉਧਰੋਂ ਨੱਪਦੇ ਆ ਇਹ ਦੋ ਹੈਗੀਆਂ ਇੱਕ ਇੱਥੇ ਆਵੇ ਤੇ ਜਦੋਂ ਉਧਰੋਂ ਬਟਨ ਨੱਪੀ ਦਾ ਭੱਠੀ ਗਰਮ ਹੁੰਦੀ ਆ ਹਾਂਜੀ ਉਹ ਕੈਮੀਕਲ ਸਿੱਧਾ ਇਹਦੇ ਵਿੱਚ ਡਿੱਗਦਾ ਆ ਕੇ ਤੇ ਉਹਦੇ ਨਾਲ ਫਿਰ ਧੂਆਂ ਬਣ ਜਾਂਦਾ ਆਹ ਲਾਈਟਾਂ ਦੇਖੋ ਕਿੰਨੀਆਂ ਸੋਹਣੀ ਦਾਦੀਆਂ ਲੱਗਦੀਆਂ ਨੇ ਆਹ ਵੀ ਲਾਈਟਾਂ ਚੱਲ ਪਈਆਂ ਉਹ ਲਾਈਟਾਂ ਵੀ ਉੱਪਰ ਵੀ ਚੱਲ ਪਈਆਂ ਨੇ ਧੂਆਂ ਦੇਖੋ ਕਿਵੇਂ ਕੱਢਦਾ ਉਹ ਧੂਆਂ ਦੋਨੇ ਸਾਂਸਾਂ ਵਿੱਚ ਨਹੀਂ ਆਉਂਦਾ ਦੋਨੇ ਸਾਂਸਾਂ ਵਿੱਚ ਧੂਆਂ ਕੱਢਦਾ ਲਾਈਟਰ ਦੋਨੇ ਸਾਂਸਾਂ ਟਰੈਕਟਰ ਚੱਲਦੇ ਦਿਖਾਇਆ ਕੀਤੇ ਹੋਇਆ ਦੋਨੇ ਸਾਂਸ ਤੇ
ਆਵਾਜ਼ ਸੋਹਣੀ ਬਣ ਗਈ, ਆਵਾਜ਼ ਵਧੀਆ ਬਣੀ ਹੋਈ ਆ। ਦੂਜਾ ਸੀ ਪਹਿਲਾਂ ਸਾਨੂੰ ਸੀਗਾ ਵੀ ਆਵਾਜ਼ ਕਿਤੇ ਖਰਾਬ ਆ, ਪਰ ਨਹੀਂ ਆਵਾਜ਼ ਬਹੁਤ ਸੋਹਣੀ ਆ। ਹਾਂ ਆਵਾਜ਼ ਸੋਹਣੀ ਬਣ ਗਈ ਆ। ਪਾਈਪਾਂ ਨਾ ਇਹ ਦੂਰ ਤਾਂ ਹੀ ਲਾਈ ਆ, ਅਸੀਂ ਵਿੱਚ ਭੱਠੀ ਬਣਾਈ ਆ, ਭੱਠੀ ਬਣਾ ਕੇ ਲਾਈ। ਹਾਂ ਹਾਂ ਬੋਰੀਆਂ ਵਿੱਚ, ਅਤੇ ਉਹਦਾ ਕਰਕੇ ਫਿਰ ਆਵਾਜ਼ ਦਾ ਪੂਰਾ ਖਿਆਲ ਰੱਖਿਆ ਗਿਆ, ਕਿਉਂਕਿ ਕਈ ਵਾਰੀ ਤੁਸੀਂ ਇਹਨੂੰ ਇਕੱਲੇ ਨੂੰ ਛੱਡ ਦਿੰਦੇ ਆ, ਵਿੱਚ ਭੱਠੀ ਨਾ ਹੋਵੇ ਫਿਰ ਆਵਾਜ਼ ਨਹੀਂ ਵਧੀਆ। ਇਹ ਤਾਂ ਫਿਰ ਉਹ ਜਿਵੇਂ ਕਹਿ ਦਈਏ ਵੀ ਟੈਂਪੋ ਹੁੰਦਾ, ਜਿਵੇਂ ਸਾਫ ਲਾਇਆ ਹੋਵੇ, ਫਿਰ ਉਹ ਚੀਜ਼ ਬਣ ਜਾਣੀ ਪੂਰਾ ਇਹਦੇ ਵਿੱਚ ਬਕਾਇਦਾ ਬੋਰੀਆਂ ਵਾਲੀਆਂ ਬਣਾ ਕੇ, ਅਤੇ ਨਹੀਂ ਤਾਂ ਫਿਰ ਸਮੈਲ ਆਉਂਦੀ ਕਈ ਵਾਰੀ, ਉਹ ਵਧੀਆ ਨਹੀਂ ਆਉਂਦਾ, ਭੱਠੀ ਹੋਣੀ ਜ਼ਰੂਰੀ ਆ। ਆਵਾਜ਼ ਬਹੁਤ ਸੋਹਣੀ ਆ। ਹਾਂਜੀ ਹਾਂਜੀ, ਖੜ ਜਾਓ ਇੱਥੇ ਮਾੜਾ ਕੋਲੇ ਹੋ ਗਏ। ਆ ਜਾ ਸਰਦਾਰਨੀ ਤੂੰ ਵੀ ਆ ਜਾ, ਆ ਜਾਓ ਤੁਸੀਂ, ਆ ਜਾ ਹੁਣ ਆਈ, ਆ ਜਾ ਮਾੜਾ ਖੜ ਜਾਓ। ਆ ਗਏ ਜੀ ਮਾਤਾ ਜੀ, ਇਹ ਵੀ ਨਾਲ ਅਮੈਰੀਕਾ ਦੀ ਸਾਡੇ ਸਰਦਾਰਨੀ ਆਈ ਵੀ ਆ ਭਾਈ। ਹੁਣ ਅੱਗੇ ਤਾਂ ਮੇਰੀ ਇਕੱਲੇ ਦੀ ਹੀ ਬਣਦੀ ਹੁੰਦੀ ਆ ਮੂਵੀ ਫੋਟੋ ਪੱਟ। ਤੁਹਾਡਾ ਕੀ ਨਾਮ ਆ ਜੀ? ਹਾਂਜੀ ਰਜਵੰਤ ਕੌਰ ਗਿੱਲ ਜੀ। ਰਜਵੰਤ ਕੌਰ ਗਿੱਲ ਗਿੱਲ, ਠੀਕ ਆ ਜੀ। ਲਾਈਟਾਂ ਬੰਦ ਕਰ ਲਿਓ ਸਭ ਉਧਰਲੇ ਪਾਸੇ। ਠੀਕ ਆ ਜੀ, ਓਕੇ ਓਕੇ ਆ ਜੀ, ਧੰਨਵਾਦ ਆ ਤੁਹਾਡਾ ਸਮਾਂ ਦੇਣ ਵਾਸਤੇ, ਤੁਸੀਂ ਸਮਾਂ ਦਿੱਤਾ ਤੇ ਵਧੀਆ ਲੱਗਾ ਜੀ ਆਉਣ ਨੂੰ। ਫਿਰ ਕਿਤੇ ਸਵਾਬੇ ਬਣਿਆ ਦਾ ਫੇਰ ਕਦੋਂ ਕਦੇ ਮਾਰਾਂਗੇ ਕਿਹੜਾ? ਜ਼ਰੂਰ ਆਓ ਜਦੋਂ ਮਰਜ਼ੀ, ਮੈਂ ਤਾਂ ਅਕਤੂਬਰ 'ਚ ਆ ਕੇ ਅਤੇ ਮਾਰਚ ਤਾਂ ਇੱਥੇ ਹੀ ਹੁੰਦਾ। ਠੀਕ ਆ ਜੀ, 6 ਮਹੀਨੇ ਠੰਡ। ਹਾਂਜੀ ਇੱਥੇ ਹੁੰਦੇ ਅਤੇ ਗਰਮੀ 'ਚ ਉੱਥੇ ਚਲੇ ਜਾਈਦਾ, ਬਸ ਹੁਣ ਤਿਆਰੀ ਹੈ ਜਾਣ ਦੀ। ਠੀਕ ਆ ਜੀ, ਅਗਲੇ ਹਫ਼ਤੇ ਚਲੋ ਟੂਰਨਾਮੈਂਟ ਤਾਂ ਇੱਥੇ ਵੀ ਮਾਰਿਓ ਕਿਹੜਾ? ਕੋਈ ਗੱਲ ਨਹੀਂ, ਮਾਰਦੇ ਹਾਂ ਕਿਹੜਾ, ਇੱਥੇ ਸਵੇਰ ਆਵਾਂਗੇ ਕੱਲ੍ਹ ਨੂੰ ਜੀ। ਆਇਓ ਤੁਸੀਂ। ਹਾਂਜੀ ਹਾਂ ਜ਼ਰੂਰ ਮਾਰਾਂਗੇ ਕਿਹੜਾ ਕੱਲ੍ਹ ਜੀ। ਬਾਬਾ ਜੀ ਬਾਪੂ ਜੀ ਨਾਲ ਆਪਾਂ ਅਗਲੇ ਭਾਗ ਦੇ ਵਿੱਚ ਮਿਲਦੇ ਹਾਂ ਜਲਦੀ।